ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਰੱਬੀ ਬਾਣੀ ਦੇ ਕੀਰਤਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਸਾਨੂੰ ਸਭ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਅਤੇ ਉਹਨਾਂ ਦੀਆਂ ਅਸੀਸਾਂ ਸਦਕਾ ਇਸ ਅਵਸਰ 'ਤੇ ਧੰਨਵਾਦ ਹੀ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਜੀ ਦਾ। ਅਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਵਿੱਚ ਗੁਰੂ ਕੇ ਚਰਨਾਂ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਬਿਰਾਜਮਾਨ ਨੇ ਅਤੇ ਸਾਧ ਸੰਗਤ ਜਿਸ ਉਤਸ਼ਾਹ ਨਾਲ, ਪਿਆਰ ਨਾਲ ਅਦਬ ਸਾਹਿਤ ਆਪ ਸਭ ਹਾਜ਼ਰ ਹੋਏ ਹੋ, ਅਤੇ ਬਹੁਤ ਹੀ ਖੁਸ਼ੀਆਂ ਵਾਲੀ ਗੱਲ, ਗੁਰੂ ਮਹਾਰਾਜ ਦੀ ਕਿਰਪਾ ਹੈ ਅਤੇ ਇਹ ਇਤਿਹਾਸਕ ਘੜੀਆਂ ਨੇ ਸ੍ਰੀ ਗੁਰੂ ਸਿੰਘ ਸਭਾ ਦੇ ਅੰਦਰ, ਜਦੋਂ ਕਿ ਸਾਡੀ ਕੌਮ ਦੇ ਮਹਾਨ ਸਰਮੌਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਇੱਥੇ ਪੁੱਜੇ ਹੋਏ। ਮੈਂ ਬੇਨਤੀ ਕਰਾਂਗਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਜੀ ਮੰਦੀ, ਉਹਨਾਂ ਨੂੰ ਜੀਵ ਐਂ ਕਹਿਣਗੇ, ਉਸ ਤੋਂ ਉਪਰੰਤ ਆਪਾਂ ਸਿੰਘ ਸਾਹਿਬ ਜੀ ਨੂੰ ਸਰਵਣ ਕਰਾਂਗੇ। ਦਸਾਂ ਪਾਤਸ਼ਾਹਾਂ ਦੀ ਜੋਤ, ਹਾਜ਼ਰ ਨਾਜ਼ਰ ਪ੍ਰਤੱਖ ਗੁਰੂ, ਗੁਰੂ ਦੀ ਗੋਦ ਵਿੱਚ ਜੁੜ ਬੈਠੀ ਪਿਆਰੀ ਸਾਧਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਵੱਲੋਂ ਸਾਰੀਆਂ ਹੀ ਸੰਗਤਾਂ ਜੋ ਇੱਥੇ ਦੂਰੋਂ ਨੇੜਿਓਂ ਗੁਰੂ ਘਰਾਂ ਦੇ ਪ੍ਰਬੰਧਕ, ਸਭਾ ਸੁਸਾਇਟੀਆਂ, ਸਪੋਰਟਸ ਕਬੱਡੀ ਟੀਮ ਦੇ ਮੈਂਬਰਸ, ਸੰਗਤੀ ਰੂਪ ਦੇ ਵਿੱਚ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ। ਜਿੱਥੇ 4-5 ਦਿਨਾਂ ਦਾ ਜੋ ਦੌਰਾ ਹੋਇਆ ਉਹਦੇ ਬਾਰੇ 2-4 ਗੱਲਾਂ ਕਰਨੀਆਂ ਹਨ ਆਪਾਂ, ਅਤੇ ਉਹਦੇ ਨਾਲ ਦੀ ਨਾਲ ਸਭ ਤੋਂ ਜਿਹੜੀ ਵੱਡੀ ਖੁਸ਼ੀ ਇਹ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਪ੍ਰਬੰਧਕਾਂ ਦੇ ਨਾਲ, ਸੰਗਤਾਂ ਦੇ ਨਾਲ ਸੰਗਤੀ ਰੂਪ ਦੇ ਵਿੱਚ ਜੋ ਕਮੀਆਂ ਆਈਆਂ ਜਾਂ ਕਮੀਆਂ ਸੰਗਤਾਂ ਨੇ ਮਹਿਸੂਸ ਕੀਤੀਆਂ ਜਾਂ ਸ਼ੰਕੇ ਜੋ ਉੱਠੇ ਹਨ, ਉਹਨਾਂ ਬਾਰੇ ਬੜੇ ਵਿਸਥਾਰ ਰੂਪ ਦੇ ਵਿੱਚ ਤਕਰੀਬਨ 4 ਚੈਨਲਾਂ ਦੇ ਉੱਪਰ, ਯੂਟਿਊਬ ਦੇ ਉੱਪਰ ਤਕਰੀਬਨ 10-15 ਵਾਰੀ ਸੇਮ ਜਿਹੜੇ ਕੁਐਸਚਨ ਸ਼ੰਕੇ ਆਏ ਉਹਨਾਂ ਦੀ ਨਿਵਰਤੀ ਮੇਰਾ ਖਿਆਲ ਕਾਫੀ ਤੋਂ ਜ਼ਿਆਦਾ ਸੰਗਤਾਂ ਨੇ, ਸੰਗਤਾਂ ਦੇ ਜਿਹੜੇ ਸ਼ੰਕੇ ਸੀ ਉਹ ਨਿਵਰਤ ਹੋਏ ਹੋਣਗੇ। ਸਾਡੀ ਇਹੋ ਅਰਦਾਸ ਹੈ ਸ੍ਰੀ ਗੁਰੂ ਸਿੰਘ ਸਭਾ ਵੱਲੋਂ, ਸਾਰੇ ਹੀ ਯੂਕੇ ਦੀਆਂ ਜਿੰਨੀਆਂ ਵੀ ਸਭਾ ਸੁਸਾਇਟੀਆਂ ਅਤੇ ਪ੍ਰਬੰਧਕਾਂ ਨੇ ਜੋ ਬੇਨਤੀਆਂ ਕੀਤੀਆਂ ਹਨ ਕਿ ਜੋ ਅਕਾਲ ਤਖ਼ਤ ਦੀ ਮਾਣ ਮਰਜ਼ਾਦਾ ਹੈ, ਜਦੋਂ ਅਸੀਂ ਅਕਾਲ ਤਖ਼ਤ ਨੂੰ ਆਪਣੀ ਅੱਖਾਂ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਤਾਂ ਸਾਥ
ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਇੱਕ ਪਿਕਚਰ ਸਾਡੇ ਦਿਮਾਗ ਦੇ ਵਿੱਚ ਆਉਂਦੀ ਹੈ, ਕਿਉਂਕਿ ਅਸੀਂ ਉਸ ਅਕਾਲ ਤਖ਼ਤ ਦੀ ਪੂਜਾ ਕਰ ਰਹੇ ਹਾਂ, ਉਸ ਅਕਾਲ ਤਖ਼ਤ ਦੇ ਹੁਕਮ ਨੂੰ ਮੰਨਣ ਲਈ ਤਿਆਰ ਹਾਂ ਔਰ ਬਚਨ ਬੰਨਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾ ਕੇ ਜੋ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਸਨ ਕਾਜ, ਉਸ ਪੁਜੀਸ਼ਨ ਤੇ ਉਸ ਅੱਜ ਜਥੇਦਾਰ ਬਿਰਾਜਮਾਨ ਹਨ, ਉਸ ਸਤਿਕਾਰ ਨੂੰ ਮਾਨ ਮਰਜ਼ਾਦਾ ਨੂੰ ਕਾਇਮ ਰੱਖਦੇ ਹਾਂ। ਮੇਰੇ ਖਿਆਲ ਬਹੁਤ ਹੀ ਵਰਲਡ ਵਾਈਡ ਸਿੱਖਾਂ ਦੇ ਮਨਾਂ ਦੇ ਵਿੱਚ ਕੁਛ ਉਤਸ਼ਾਹ ਜਾਗਿਆ ਹੈ, ਪਿਆਰ ਜਾਗਿਆ ਹੈ, ਜਿਹੜਾ ਪਿਛਲੇ ਸਮਿਆਂ ਦੇ ਵਿੱਚ ਦੂਰ ਕੀਤਾ ਜਾ ਰਿਹਾ ਸੀ, ਦੁਬਧਾ ਪਾਈ ਜਾ ਰਹੀ ਸੀ, ਸ਼ੰਕੇ ਪਾਏ ਜਾ ਰਹੇ ਸਨ। ਸੋ ਉਹਨਾਂ ਸ਼ੰਕਿਆਂ ਦੀ ਨਿਵਰਤੀ ਲਈ ਜੋ ਪਹਿਲਾ ਟੂਰ UK ਦਾ ਜਥੇਦਾਰ ਸਾਹਿਬ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਦਾ ਜਿਹੜਾ ਵਿਜ਼ਨ ਆ ਕਿ ਜੇ ਮਿਲਣਾ ਹੈ ਤਾਂ ਸਭ ਤੋਂ ਪਹਿਲਾਂ ਪ੍ਰਬੰਧਕਾਂ, ਉਹਨਾਂ ਦੇ ਸ਼ੰਕੇ ਕੀ ਹੈ, ਉਹਨਾਂ ਦੀਆਂ ਪ੍ਰੋਬਲਮਾਂ ਕੀ ਆ, ਉਹਨਾਂ ਪ੍ਰੋਬਲਮਾਂ ਨੂੰ ਹੱਲ ਵੀ ਉਹ ਕਹਿੰਦੇ ਸੰਗਤਾਂ ਨਹੀਂ ਕਰਨਾ, ਪ੍ਰਬੰਧਕਾਂ ਨਹੀਂ ਕਰਨਾ, ਉਹਨਾਂ ਨੇ ਤਾਂ ਇੱਕ ਤੁਹਾਨੂੰ ਵਿਜ਼ਨ ਦੇਣਾ ਹੈ। ਸੋ ਇਹ ਬਹੁਤ ਵੱਡੀ ਗੱਲ ਹੈ। ਦੂਸਰੀ ਅਸੀਂ ਬੇਨਤੀ ਕਰਾਂਗੇ, ਜਦੋਂ ਸੰਗਤਾਂ ਇੱਥੋਂ ਈਮੇਲ ਕਰਦੀਆਂ ਜਾਂ ਕੋਈ ਇਸ਼ੂਜ ਆਉਂਦੇ ਆ, ਲੜਾਈ ਝਗੜੇ ਗੁਰੂ ਘਰਾਂ ਦੇ ਆਉਂਦੇ ਆ, ਤਾਂ ਉਹਨਾਂ ਵਾਸਤੇ ਜਵਾਬ ਬਹੁਤ ਦੇਰ ਬਾਅਦ ਮਿਲਦਾ ਹੈ, ਉਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਕਿ ਉੱਥੇ PRO ਆਫਿਸ 2-4 ਬੰਦੇ ਉੱਥੇ ਰੱਖੇ ਜਾਣ, ਨਾਲ ਦੇ ਨਾਲ ਜਿਹੜਾ ਮੀਡੀਆ ਡਿਪਾਰਟਮੈਂਟ, ਕਿਉਂਕਿ ਸਾਨੂੰ ਬਹੁਤ ਗੱਲਾਂ ਦਾ ਜਿਹੜੀਆਂ ਗੱਲਾਂ ਅਸੀਂ ਸੁਣੀਆਂ 5 ਦਿਨਾਂ ਦੇ ਵਿੱਚ, ਮੇਰਾ ਖਿਆਲ ਬਹੁਤ ਡਿਫਰੈਂਸ ਹੈ ਜੋ ਅਸੀਂ ਗਰਾਊਂਡ 'ਤੇ ਦੇਖ ਰਹੇ ਹਾਂ ਅਤੇ ਜੋ ਉੱਥੇ ਵਾਪਰ ਰਿਹਾ। ਸੋ ਉਹਦੇ ਨਾਲ ਨਾਲ ਐਜੂਕੇਸ਼ਨ ਦੀ ਗੱਲ ਉਹਨਾਂ ਨੇ ਕੀਤੀ ਆ, ਪ੍ਰਬੰਧਕ ਢਾਂਚਿਆਂ ਦੀ ਗੱਲ ਕੀਤੀ ਹੈ ਕਿ ਦੁਨੀਆਂ ਦੇ ਹਰ ਸਿੱਖ ਨੂੰ ਅਕਾਲ ਤਖ਼ਤ ਦੇ ਨਾਲ ਜੋੜਿਆ ਜਾਵੇ। ਉਹ ਜੋੜਿਆ ਕਿੱਦਾਂ ਜਾਵੇਗਾ? ਉਹ ਜੋੜਨਾ ਅਸੀਂ ਇਕੱਠਿਆਂ ਹੋ ਕੇ ਆ, ਅਸੀਂ ਆਪਣੀਆਂ ਦੁਬਧਾਂ 'ਚੋਂ ਨਿਕਲ ਕੇ ਅਸੀਂ ਗੁਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਗੁਣ ਹੈ, ਜੋ ਸਾਡੀ ਹਿਸਟਰੀ ਦੇ ਗੁਣ ਹੈ, ਉਹਨਾਂ ਗੁਣਾਂ ਨੂੰ ਇਕੱਠਿਆਂ ਕਰਕੇ ਨਾ ਕਿ ਔਗੁਣਾਂ ਨੂੰ ਚਿਤਾਰ ਕੇ। ਸੋ ਇਹ ਸਾਰੀਆਂ ਗੱਲਾਂ, ਇਹ ਸਾਰੇ ਵਿਚਾਰ ਅਸੀਂ ਖੁਦਕਸ਼ਮ ਸਮਝਦੇ ਹਾਂ ਕਿ ਸਾਨੂੰ ਇਹ 5 ਦਿਨ ਮੌਕਾ ਮਿਲਿਆ ਹੈ ਨਾਲ ਰਹਿਣ ਦਾ, ਉਹਨਾਂ ਦੇ ਵਿਚਾਰ ਸੁਣਨ ਦਾ, ਔਰ ਸਹਿਨਸ਼ੀਲਤਾ ਔਰ ਦੂਰਦ੍ਰਿਸ਼ਟੀ ਦੇ ਨਾਲ ਜੋ ਉਹਨਾਂ ਨੇ ਵਿਚਾਰ, ਜਿਸ ਤਰ੍ਹਾਂ ਵੀ ਕਿਸੇ ਦੇ ਸ਼ੰਕੇ ਸਨ, ਉਹਨਾਂ ਨੇ ਇੱਕ ਗੁਰਬਾਣੀ ਨੂੰ ਮੁੱਖ ਰੱਖ ਕੇ, ਗੁਰਬਾਣੀ ਦੀਆਂ ਤੁਕਾਂ ਨੂੰ ਮੁੱਖ ਰੱਖ ਕੇ, ਗੁਰੂ ਨਾਨਕ ਦੀ ਬਾਣੀ ਨੂੰ ਮੁੱਖ ਰੱਖ ਕੇ ਉਹਨਾਂ ਨੇ, ਮੇਰਾ ਖਿਆਲ ਕੋਈ ਐਸਾ ਸਿੱਖ ਰਿਹਾ ਨਹੀਂ ਹੋਏਗਾ ਸਾਡੀਆਂ ਇਹਨਾਂ ਦੀਵਾਨਾਂ ਦੇ ਵਿੱਚ ਜਿਹਦੀਆਂ ਕੁਐਸਚਨਾਂ ਦੇ ਆਂਸਰ ਨਾ ਮਿਲੇ ਹੋਣ। ਸੋ ਅਸੀਂ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਵੱਲੋਂ ਅਤੇ ਜਿੰਨੇ ਵੀ ਮਿਡਲੈਂਡ ਦੇ ਵਿੱਚ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦਰਸ਼ਨ ਦਿੱਤੇ, ਪ੍ਰਬੰਧਕਾਂ ਨੇ ਦਰਸ਼ਨ ਦਿੱਤੇ, ਸਾਰਿਆਂ ਨੇ ਇਹ ਵਚਨ ਦਿੱਤਾ ਹੈ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਨਾਲ ਖੜ੍ਹੇ ਹਾਂ, ਜੋ ਵੀ ਸਾਨੂੰ ਹੁਕਮ ਮਿਲੇਗਾ ਅਸੀਂ ਉਹ ਕਰਨ ਲਈ ਤਿਆਰ ਹਾਂ। ਲੇਕਿਨ ਜਿਹੜੇ ਅੱਗੇ ਪ੍ਰੋਗਰੈਸ ਵਾਸਤੇ ਜਿਹੜੇ ਸਟੈਪ ਆ, ਉਹਨਾਂ ਲਈ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਤੁਸੀਂ ਜ਼ਰੂਰ ਸੇਧ ਦਿਓ। ਸੋ ਇਹੀ ਮੇਰੀ ਲਾਸਟ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਨਾਲ ਉਹਨਾਂ ਦੇ ਗਏ ਹੋਏ ਜੋ ਉੱਥੋਂ ਹੁਕਮ ਆਉਂਦੇ ਆ ਉਹਨਾਂ ਦਾ ਪਾਲਣਾ ਕਰੀਏ, ਅਤੇ ਜਿਹੜੀਆਂ ਸਾਡੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਆ, ਉਹਨਾਂ ਦੀਆਂ ਕਮੇਟੀਆਂ ਬਣਾ ਕੇ ਤਾਂ ਕਿ ਲਿੰਕ ਕਮੇਟੀਆਂ ਸੋਲਵ ਕਰ ਸਕਣ, ਅਗਰ ਕਮੇਟੀਆਂ ਨਹੀਂ ਸੋਲਵ ਕਰਦੀਆਂ ਤਾਂ ਉਹ ਅਕਾਲ ਤਖ਼ਤ ਦੇ ਜਿਹੜੇ ਮਸਲੇ ਪਹੁੰਚਾਏ ਜਾਣ। ਸੋ ਅਖੀਰ ਦੇ ਵਿੱਚ ਫਿਰ ਸਾਡੇ ਵਾਈਸ ਪ੍ਰੈਜੀਡੈਂਟ ਸੋਹਣ ਸਿੰਘ ਸਮਰਾ, ਹਰਜੀਤ ਸਿੰਘ ਜੀ ਸਰਪੰਚ, ਸਾਰੀ ਹੀ ਕਮੇਟੀ, ਸਾਡੇ ਜਨ ਸ਼ਕਤੀ ਹਰਮੀਤ ਸਿੰਘ ਜੀ,
ਸਾਡੇ ਖਜ਼ਾਨਚੀ ਅਜੀਤ ਪਾਲ ਜੀ ਸਰਬੋਤਾ ਅਤੇ ਹੋਰ ਬਾਕੀ ਵੀ ਸਾਡੇ ਸਾਰੇ ਕਮੇਟੀਆਂ ਮੈਂਬਰਾਂ ਵੱਲੋਂ ਸੰਗਤ ਵੱਲੋਂ ਫਿਰ ਅਸੀਂ ਵੈਲਕਮ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਅਤੇ ਇਹਨਾਂ ਦਾ ਇੱਕ ਹੋਰ ਵਿਜ਼ਨ ਜਿਹੜਾ ਐਜੂਕੇਸ਼ਨਲ ਹੈ ਕਿ ਸਾਡੇ ਪੰਜਾਬ ਦੀ ਐਜੂਕੇਸ਼ਨ ਦਾ ਜਿਹੜਾ ਲੈਵਲ ਆ ਸਰਕਾਰੀ ਲੈਵਲ ਉਹ ਬਹੁਤ ਡਾਊਨ ਜਾ ਚੁੱਕਾ, ਉਹਦੇ ਲਈ ਵੀ ਇਹਨਾਂ ਕੋਲ ਇਹਨਾਂ ਨੇ ਕਈ ਪਲੈਨਸ ਜਿਹੜੇ ਦਿੱਤੇ ਹੈਗੇ ਆ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਸੰਗਤਾਂ ਨਾਲ ਸਾਂਝੇ ਕਰਨਗੇ। ਮਿਊਜ਼ੀਅਮ ਬਾਰੇ ਗੱਲ ਕੀਤੀ ਆ, 18ਵੀਂ ਸਦੀ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਆ, ਸੋ ਉਹ ਚੀਜ਼ਾਂ ਇੱਕ ਵਿਜ਼ਨ ਲੈ ਕੇ ਸਾਡਾ ਜਸਰ ਜੋ ਸੰਗਤਾਂ ਚਾਹੁੰਦੀਆਂ ਸਨ ਉਹ ਲੈ ਕੇ ਆਏ ਆ, ਆਓ ਆਪਾਂ ਆਉਣ ਵਾਲੇ ਸਮੇਂ 'ਚ ਉਹ ਵੀ ਸਾਰਿਆਂ ਦੇ ਵਿਚਾਰ ਸੁਣਾਂਗੇ। ਇੰਨਾ ਹੀ ਕਹਿੰਦਿਆਂ ਹੋਇਆ ਅਗਰ ਕੋਈ ਸ਼ਬਦ ਵੱਧ ਘੱਟ ਬੋਲ ਗਿਆ ਹੋਵਾਂਗਾ ਖਿਮਾ ਦਾ ਜੱਜ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਗੁਰਮੇਲ ਸਿੰਘ ਜੀ ਮੱਲੀ, ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ, ਅਤੇ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਜੋ ਕੁਝ ਪਿਛਲੇ ਦਿਨਾਂ ਵਿੱਚ ਉਹਨਾਂ ਜਥੇਦਾਰ ਸਾਹਿਬ ਦੇ ਨਾਲ ਵਿਚਰਦਿਆਂ ਹੋਇਆਂ ਦੇਖਿਆ, ਉਹ ਸਾਡੇ ਨਾਲ ਸਾਂਝਾ ਕੀਤਾ ਹੈ, ਅਤੇ ਜੋ ਕੁਝ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮਿਆਂ ਵਿੱਚ 1984 ਤੋਂ ਲੈ ਕੇ ਅੱਜ ਤੱਕ ਜੋ ਕੁਝ ਹੋਇਆ ਉਹਦੇ ਪਿੱਛੇ ਆਪਾਂ ਨਾ ਜਾਈਏ, ਕਿਉਂਕਿ ਅੱਜ ਇਹਨਾਂ ਨੇ ਇਹ ਸੇਵਾ ਸੰਭਾਲੀ ਹੈ ਜੋ ਕਿ ਸਾਡੇ ਸਭ ਤੋਂ ਸੁਰੀਮ ਤਖਤ ਸਾਹਿਬ ਨੇ, ਅਤੇ ਸਿੱਖ ਕੌਮ ਚਾਹੁੰਦੀ ਹੈ ਕਿ ਇਸ ਪਵਿੱਤਰ ਸਥਾਨ 'ਤੇ ਜੋ ਵੀ ਗੁਰੂ ਕੇ ਪਿਆਰੇ ਹੋਣ ਉਹ ਚੜ੍ਹਦੀ ਕਲਾ ਸਾਹਿਬ ਆਪਣੀ ਕੌਮ ਦੀ ਪਿਆਰ ਨਾਲ ਸੇਵਾ ਕਰਨ, ਅਤੇ ਦੁਨੀਆਂ ਦਾ ਕੋਈ ਵੀ ਬੰਦਾ ਸਾਡੇ ਤਖਤ ਵੱਲ ਜਾਂ ਉਹਨਾਂ ਦੇ ਸੇਵਾਦਾਰਾਂ ਵੱਲ ਕਿਸੇ ਵੀ ਤਰ੍ਹਾਂ ਬੁਰੇ ਖਿਆਲ ਨਾਲ ਚੱਕਣ ਦਾ ਉਹ ਮੌਕਾ ਪ੍ਰਾਪਤ ਨਾ ਕਰ ਸਕੇ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹਨਾਂ ਨੂੰ ਸਾਧ ਸੰਗਤ ਬਲ ਬਖਸ਼ਣ, ਉਦੋਂ ਬਖਸ਼ਣ, ਪਿਆਰ ਸਾਹਿਬ, ਸ਼ਰਧਾ ਸਾਹਿਬ, ਭਾਵਨਾ ਸਾਹਿਬ ਸੇਵਾ ਕਰ ਸਕਣ, ਜੋ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਖ਼ਤ 'ਤੇ ਖਲੋ ਕੇ ਸੰਬੋਧਨ ਹੋ ਕੇ ਕੌਮ ਨੂੰ ਜੋ ਸੁਨੇਹਾ ਦਿੱਤਾ ਸੀ ਉਸ ਸੁਨੇਹੇ ਨੂੰ ਲੈ ਕੇ ਚੱਲ ਸਕਣ। ਦਾਸ ਫਿਰ ਬਹੁਤ ਆਦਰ ਸਹਿਤ ਜੀਵਾਂ ਆਖਦਾ ਹੈ, ਆਓ ਉਹਨਾਂ ਦੇ ਵਿਚਾਰ ਸੁਣੀਏ, ਉਹਨਾਂ ਦੇ ਸਤਿਕਾਰ ਵਾਸਤੇ ਇੱਕ ਜੈਕਾਰਾ ਛੱਡੀਏ। ਬੋਲੇ ਸੋਨਿਆ ਜੁਗ ਜੁਗ ਅਟਲ
ਲੋਕ ਪਰਲੋਕ ਦੇ ਰਾਖੇ ਜਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਿੱਖ ਫਿਲੋਸਫੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਕੀ ਭੂਮਿਕਾ ਨਿਭਾ ਸਕਦੀ ਹੈ? ਇਸ ਸਵਾਲ ਦਾ ਉੱਤਰ ਹੈ ਕਿ ਸਿੱਖ ਦਰਸ਼ਨ, ਸਿੱਖ ਫਲਸਫਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੀਸ ਨੂੰ ਸਥਾਪਿਤ ਕਰਨ ਦੇ ਲਈ ਆਪਣੀ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ, ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ। ਬਸ਼ਰਤ ਹੈ ਕਿ ਇਸ ਫਲਸਫੇ ਨੂੰ ਮੰਨਣ ਵਾਲੇ ਸਿੱਖ ਜਿਹੜੇ ਹੈ ਉਹ ਇਸ ਫਲਸਫੇ ਦੀਆਂ ਬੇਸਿਕ ਸਿੱਖਿਆਵਾਂ ਜਿਹੜੀਆਂ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣ। ਅੱਜ ਮਨੁੱਖ ਭੜਕ ਰਿਹਾ, ਮੈਂ ਇਹ ਕਹਾਂਗਾ ਸਿੱਖ ਭੜਕ ਰਿਹਾ, ਮਨੁੱਖ ਭੜਕ ਰਿਹਾ, ਕਿਉਂਕਿ ਜਿਹੜੀ ਸਾਇੰਸ ਹੈ ਜਾਂ ਜਿਹੜਾ ਸਰਮਾਇਆ ਪੈਸਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਸ ਨੇ ਮਨੁੱਖ ਨੂੰ ਸਰੀਰਕ ਸਹੂਲਤਾਂ ਤਾਂ ਬਹੁਤ ਦਿੱਤੀਆਂ। ਅੱਜ ਮਨੁੱਖ ਜਿਹੜਾ ਹੈ ਹਜ਼ਾਰਾਂ ਮੀਲਾਂ ਦਾ ਪੈਂਡਾ ਜਿਹੜਾ ਬੜੇ ਆਰਾਮ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਤੈਅ ਕਰ ਲੈਂਦਾ, ਬਿਨਾਂ ਸਰੀਰਕ ਤਕਲੀਫ ਚੱਲਿਆਂ। ਅੱਜ ਮਨੁੱਖ ਵਾਸਤੇ ਖਾਣ ਪੀਣ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਮਨੁੱਖ ਭੁੱਖ ਨਾਲ ਮਰਦਾ ਹੁੰਦਾ ਸੀ, ਅੱਜ ਕੱਲ੍ਹ ਜ਼ਿਆਦਾ ਜਿਹੜਾ ਮਨੁੱਖ ਹੈ ਨਾ ਲੋੜੋਂ ਵੱਧ ਖਾ ਕੇ ਮਰ ਰਿਹਾ। ਜਿੰਨੀਆਂ ਬਿਮਾਰੀਆਂ ਲੱਗ ਰਹੀਆਂ ਨੇ ਇਹ ਜ਼ਰੂਰਤ ਤੋਂ ਜ਼ਿਆਦਾ ਖਾਣ ਦੇ ਨਾਲ ਵੀ ਜਿਹੜਾ ਲੱਗ ਰਿਹਾ, ਇਹ ਵੀ ਇੱਕ ਕਾਰਨ ਹੈਗਾ ਬਿਮਾਰੀ ਦਾ। ਜ਼ਰੂਰਤ ਨਹੀਂ ਹੈ ਲੇਕਿਨ ਅਸੀਂ ਖਾ ਰਹੇ ਹਾਂ, ਸਰੀਰ ਨੂੰ ਜ਼ਰੂਰਤ ਨਹੀਂ ਹੈ ਲੇਕਿਨ ਅਸੀਂ ਆਪਣੀ ਜੀਭ ਦੇ ਸਵਾਦ ਨੂੰ ਪੂਰਨ ਵਾਸਤੇ ਖਾ ਰਹੇ ਹਾਂ। ਪਹਿਲਾਂ ਕਾਲ ਦੇ ਨਾਲ ਲੋਕ ਮਰਦੇ ਹੁੰਦੇ ਸੀ, ਅੱਜ ਕੱਲ੍ਹ ਸੁਕਾਲ ਦੇ ਨਾਲ ਲੋਕ ਮਰ ਰਹੇ ਹਨ। ਪਹਿਲਾਂ ਬੀਬੀਆਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਸੀ ਵੀ ਘਰੇ ਹੈ ਕੁਛ ਨਹੀਂ, ਬੱਚਿਆਂ ਨੂੰ ਖੋਣਾ ਕੀ ਹੈ, ਤੇ ਇਹ ਚਿੰਤਾ ਅੱਜ ਵੀ ਹੈ ਬੀਬੀਆਂ ਨੂੰ ਕਿ ਘਰੇ ਇੰਨਾ ਕੁਛ ਪਿਆ, ਮੈਂ ਬੱਚਿਆਂ ਨੂੰ ਖਵਾਵਾਂ ਤੇ ਖਵਾਵਾਂ ਕੀ, ਬਣਾਵਾਂ ਤੇ ਬਣਾਵਾਂ ਕੀ। ਦੀ ਕਮਾਲ ਦੀ ਗੱਲ, ਸਵੇਰੇ ਵੀ ਇਹੋ ਕਿ ਅੱਜ ਕੀ ਬਣਾਉਣਾ ਹੈ, ਇੰਨਾ ਕੁਝ ਘਰੇ ਪਿਆ, ਇੰਨਾ ਕੁਝ ਰਸੋਈਆਂ ਦੇ ਵਿੱਚ ਪਿਆ। ਸ਼ਾਮ ਨੂੰ ਵੀ ਫਿਕਰ ਕਿ ਬੱਚੇ ਨੂੰ ਕੀ ਬਣਾ ਕੇ ਦੇਵਾਂ, ਆਹ ਬਣਾਵਾਂ ਇਹ ਤਾਂ ਪਰਸੋਂ ਖਾਧਾ ਉਹਨੇ, ਚੌਥੇ ਖਾਧਾ ਉਹਨੇ। ਲੇਕਿਨ ਉਹ ਵੀ ਸਮਾਂ ਸੀ ਜਦੋਂ ਖਾਣ ਵਾਸਤੇ ਕੁਝ ਨਹੀਂ ਸੀ ਹੁੰਦਾ ਘਰ ਦੇ ਅੰਦਰ, ਤੇ ਬੀਬੀਆਂ ਜਿਹੜੀਆਂ ਉਦੋਂ ਵੀ ਉਹੀ ਸੋਚਦੀਆਂ ਸੀ, ਉਦੋਂ ਵੀ ਇਹੋ ਤੋਪਲੇ ਸੀ ਕਿ ਮੈਂ ਬੱਚਿਆਂ ਨੂੰ ਸ਼ਾਮ ਨੂੰ ਕੀ ਖਵਾਉਣਾ। ਟੈਨਸ਼ਨ ਪਰੇਸ਼ਾਨੀ ਮਾਨਸਿਕ ਜਿਹੜੀ ਆ ਉਹੀ ਹੈ ਜਿਹੜੀ ਪਹਿਲਾਂ ਹੁੰਦੀ ਸੀ।
ਪੁਰਾਣੇ ਸਮੇਂ 'ਚ ਮਨੁੱਖ ਕਾਲ ਦੇ ਨਾਲ ਮਰਦਾ ਸੀ, ਅੱਜ ਸੁਕਾਲ ਦੇ ਨਾਲ ਮਰਦਾ ਹੈ। ਪਦਾਰਥਵਾਦੀ ਪਸਾਰਾ ਜਿਹੜਾ ਹੈ ਉਹ ਇੰਨਾ ਜ਼ਿਆਦਾ ਵਿਸ਼ਾਲ ਪੱਧਰ ਦੇ ਉੱਤੇ ਫੈਲ ਗਿਆ, ਪਸਰ ਗਿਆ। ਮਨੁੱਖ ਤੜਪ ਰਿਹਾ, ਮਨੁੱਖ ਭੜਕ ਰਿਹਾ। ਮਨੁੱਖ ਕੀ ਚਾਹੁੰਦਾ ਅੱਜ? ਅੱਜ ਮਨੁੱਖ ਸੈਟਿਸਫੈਕਸ਼ਨ ਚਾਹੁੰਦਾ, ਮਾਨਸਿਕ ਸ਼ਾਂਤੀ ਚਾਹੁੰਦਾ, ਮਾਨਸਿਕ ਸ਼ਾਂਤੀ। ਸਾਇੰਸ ਨੇ ਐਸੀਆਂ ਮੈਡੀਸਨਸ ਤਾਂ ਤਿਆਰ ਕਰ ਦਿੱਤੀਆਂ ਕਿ ਮਨੁੱਖ ਨੂੰ ਸਰੀਰਕ ਤਕਲੀਫ ਹੈ ਉਹ ਖਾ ਲਏ ਤੇ ਉਹਦੀ ਸਰੀਰਕ ਤਕਲੀਫ ਜਿਹੜੀ ਹੈ ਉਹ ਦੂਰ ਹੋ ਜਾਵੇ। ਪਰ ਐਸੀ ਕੋਈ ਮੈਡੀਸਨ ਜਿਹੜੀ ਹੈ ਉਹ ਸਾਇੰਸ ਨੇ ਪੈਦਾ ਨਹੀਂ ਕੀਤੀ, ਨਾ ਹੀ ਭਵਿੱਖ ਦੇ ਵਿੱਚ ਉਹ ਕਰੇਗੀ ਉਮੀਦ ਹੈ, ਜਿਹੜੀ ਮਨੁੱਖ ਖਾਵੇ ਤੇ ਮਨੁੱਖ ਆਨੰਦ ਪ੍ਰਸੰਨ ਹੋ ਜਾਵੇ, ਆਨੰਦ ਚਿੱਤ ਹੋ ਜਾਵੇ। ਦੋ ਸ਼ਬਦ ਹੈ ਸਾਈਕਾਲੋਜੀਕਲੀ ਸਟੱਡੀ ਜਿਹੜੀ ਕਰਦੇ ਹੈ ਮਾਨਸਿਕ ਵਿਗਿਆਨ, ਉਹਨਾਂ ਦਾ ਇਹਨਾਂ ਦੋਨਾਂ ਸ਼ਬਦਾਂ ਨਾਲ ਵਾਹ ਪੈਂਦਾ। ਇੱਕ ਹੈ ਵਿਕਾਸ, ਇੱਕ ਹੈ ਵਿਕਾਸ। ਜਿਹੜਾ ਅਜੋਕਾ ਪਦਾਰਥਵਾਦੀ ਫਲਸਫਾ ਹੈ ਇਹਦਾ ਕੌਨਸੈਪਟ ਹੈ ਵਿਕਾਸ, ਪਰ ਗੁਰਮਤ ਦਾ ਜਿਹੜਾ ਫਲਸਫਾ ਹੈ ਇਹਦਾ ਜਿਹੜਾ ਬੇਸਿਕ ਕੌਨਸੈਪਟ ਹੈ ਉਹ ਹੈ ਵਿਕਾਸ। ਵਿਕਾਸ ਤੇ ਵਿਕਾਸ ਦੇ ਵਿੱਚ ਅੰਤਰ ਹੈ ਸਾਸਨ ਵਿੱਚ। ਵਿਕਾਸ ਜਿਹੜਾ ਉਹ ਇੱਕ ਚੀਜ਼ ਨੂੰ ਖਤਮ ਕਰਨ ਤੋਂ ਬਾਅਦ ਉਸਦੀ ਜਗ੍ਹਾ ਲੈਂਦਾ ਹੈ। ਫਰਜ਼ ਕਰੋ ਇੱਥੇ ਇੱਕ ਬਹੁਤ ਸੁੰਦਰ ਖੂਬਸੂਰਤ ਅਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈ ਨਵੀਂ ਤਾਮੀਰ ਕਰਨੀ ਹੈ ਤੇ ਸਾਨੂੰ ਇਸ ਇਮਾਰਤ ਨੂੰ ਜਿਹੜਾ ਹੈ ਉਹ ਹਟਾਉਣਾ ਪਏਗਾ, ਫਿਰ ਹੀ ਵਿਕਾਸ ਹੋਊਗਾ। ਜੇ ਅਸੀਂ ਆਖੀਏ ਇਹ ਇਮਾਰਤ ਵੀ ਰਹੇ ਤੇ ਇੱਥੇ ਅਸੀਂ ਇੱਕ ਭਵਿਆ ਦਰਬਾਰ ਵੀ ਬਣਾ ਦਈਏ, ਇਹ ਨਹੀਂ ਹੋ ਸਕਦਾ। ਜੇ ਸੜਕਾਂ ਚੌੜੀਆਂ ਕਰਨੀਆਂ ਤੇ ਸੜਕਾਂ ਦੇ ਕੰਢਿਆਂ ਦੇ ਉੱਤੇ ਲੱਗੇ ਰੁੱਖ ਜਿਹੜੇ ਆ ਉਹ ਕੱਟਣੇ ਪੈਂਦੇ ਆ, ਫਿਰ ਸੜਕਾਂ ਚੌੜੀਆਂ ਹੁੰਦੀਆਂ। ਔਰ ਜਦੋਂ ਅਸੀਂ ਰੁੱਖ ਕੱਟ ਕੇ ਸਾਈਡਾਂ ਤੋਂ ਸੜਕਾਂ ਨੂੰ ਚੌੜੀਆਂ ਕਰਦੇ ਹਾਂ ਤੇ ਉਹਨੂੰ ਨਾਮ ਦਿੱਤਾ ਜਾਂਦਾ ਵਿਕਾਸ ਦਾ, ਤੇ ਵਿਕਾਸ ਹੋ ਰਿਹਾ। ਲੇਕਿਨ ਉਹ ਵਿਕਾਸ ਜਿਹੜਾ ਨਾ ਇੱਕ ਚੀਜ਼ ਦਾ ਵਿਨਾਸ਼ ਕਰਕੇ ਹੋ ਰਿਹਾ, ਉਹ ਜਿਹੜਾ ਵਿਕਾਸ ਹੈ ਉਹ ਕਿਸੇ ਇੱਕ ਚੀਜ਼ ਦੇ ਵਿਨਾਸ਼ ਦੇ ਉੱਤੇ ਖੜਾ ਹੈ। ਗੁਰਮਤਿ ਦਾ ਜਿਹੜਾ ਫਲਸਫਾ ਹੈ ਇਹ ਵਿਕਾਸ ਦੀ ਗੱਲ ਕਰਦਾ ਹੈ, ਖੇੜੇ ਦੀ ਗੱਲ ਕਰਦਾ ਹੈ, ਆਨੰਦ ਦੀ ਗੱਲ ਕਰਦਾ ਹੈ, ਸੁੱਖ ਦੀ ਗੱਲ ਕਰਦਾ ਹੈ, ਜਿਸ ਤੋਂ ਸਾਰੀ ਦੁਨੀਆ ਅੱਜ ਮਹਿਰੂਮ ਹੋਈ ਪਈ ਹੈ, ਵਾਂਝੀ ਹੋਈ ਪਈ ਹੈ। ਸਾਰੀ ਦੁਨੀਆ, ਸਾਰਾ ਸੰਸਾਰ ਵਾਂਝਾ ਹੋਇਆ ਪਿਆ। ਚਾਹੁੰਦੀ ਹੈ ਦੁਨੀਆ ਕਿ ਕੋਈ ਐਸੀ ਵਿਚਾਰਧਾਰਾ, ਕੋਈ ਐਸਾ ਫਲਸਫਾ ਜਿਹੜਾ ਸਾਡੇ ਮਨ ਨੂੰ ਸੰਤੁਸ਼ਟ ਕਰ ਸਕੇ, ਉਹ ਆਵੇ, ਸਾਡੇ ਅੰਦਰ ਖੇੜਾ ਭਰੇ। ਕਿੱਥੇ ਆ ਉਹ ਫਲਸਫਾ? ਸਾਡੇ ਕੋਲੇ ਹੈ, ਲੇਕਿਨ ਅਸੀਂ ਦੁਨੀਆ ਨੂੰ ਦੱਸਣ ਦੇ ਵਿੱਚ ਨਾਕਾਮਯਾਬ ਰਹੇ ਹਾਂ। ਸਾਡੀਆਂ ਸੰਸਥਾਵਾਂ ਨਾਕਾਮਯਾਬ ਰਹੀਆਂ, ਅਸੀਂ ਨਾਕਾਮਯਾਬ ਰਹੇ ਹਾਂ, ਸਾਰੇ ਨਾਕਾਮਯਾਬ ਰਹੇ ਹਾਂ। ਅਸੀਂ ਤਾਂ ਆਪਣੇ ਲੋਕਾਂ ਨੂੰ ਨਹੀਂ ਦੱਸ ਸਕਦੇ, ਦੁਨੀਆਂ ਨੂੰ ਦੱਸਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਜਿਹਨੇ ਕਿਸੇ ਗੈਰ ਸਿੱਖ ਨੇ ਆਪਣੇ ਆਪ ਇਸ ਫਲਸਫੇ ਨੂੰ ਜਾਣਿਆ ਉਹ ਵਾਹ 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 ਕਰ ਉੱਠਿਆ, ਅਸ਼ ਅਸ਼ ਕਰ ਉੱਠਿਆ। ਕਿਉਂਕਿ ਸਾਡਾ ਜਿਹੜਾ ਇਹ ਫਲਸਫਾ ਹੈ ਇਹ ਮਨੁੱਖ ਨੂੰ ਕੁਦਰਤ ਦੇ ਨਾਲ ਜਿਹੜਾ ਹੈ ਉਹ ਇੱਕ ਮਿੱਕ ਕਰਕੇ ਰੱਖਦਾ ਹੈ।
ਦੇ ਦਰਮਿਆਨ ਢੇਰ ਦੀ ਗੱਲ ਨਹੀਂ ਕਰਦਾ ਸਾਡਾ ਜਿਹੜਾ ਫਲਸਫਾ ਹੈ। ਅੱਜ ਇੱਕ ਪ੍ਰੋਬਲਮ ਜਿਹੜੀ ਹੈ ਇਸ ਕਰਕੇ ਵੀ ਆ ਰਹੀ ਹੈ ਕਿ ਮਨੁੱਖ ਨੇ ਕੁਦਰਤ ਨਾਲੋਂ ਆਪਣਾ ਨਾਤਾ ਜਿਹੜਾ ਹੈ ਉਹ ਤੋੜਨਾ ਸ਼ੁਰੂ ਕੀਤਾ ਹੋਇਆ, ਕੁਦਰਤ ਨਾਲੋਂ ਆਪਣਾ ਨਾਤਾ ਤੋੜਨਾ ਸ਼ੁਰੂ ਕੀਤਾ ਹੋਇਆ। ਕੁਦਰਤ ਕਿਹਦੀ ਹੈ? ਕਾਦਰ ਦੀ। ਕੁਦਰਤ ਆਪਣੇ ਆਪ ਚ ਈਸ਼ਵਰ ਨਹੀਂ ਹੈ, ਕੁਦਰਤ ਜਿਹੜਾ ਹੈ ਆਪਣੇ ਆਪ ਦੇ ਵਿੱਚ ਈਸ਼ਵਰ ਨਹੀਂ ਹੈ, ਕੁਦਰਤ ਜਿਹੜੀ ਹੈ ਜਨਰੇਟ ਹੋਈ ਹੈ ਔਰ ਇਹਨੂੰ ਕੀਤਾ ਇੱਕ ਅਕਾਲ ਪੁਰਖ ਨੇ। ਇਹ ਗੱਲ ਵੱਖਰੀ ਹੈ ਕਿਉਂਕਿ ਉਹਨੇ ਆਪਣੇ ਆਪ ਚੋਂ ਹੀ ਕੀਤਾ, ਆਪਣੇ ਆਪ ਚੋਂ ਹੀ ਪਸਾਰੀ। ਜਦੋਂ ਆਪਦਾ ਇੱਛਾ ਹੋਈ ਉਹਨੇ ਆਪਣੇ ਆਪ ਨੂੰ ਪਸਾਰ ਲਿਆ, ਜਦੋਂ ਉਹਦੀ ਇੱਛਾ ਹੋਏਗੀ ਉਹਨੇ ਆਪਣੇ ਆਪ ਨੂੰ ਸਮੇਟ ਲੈਣਾ। ਜਬ ਉਹ ਕਰਕ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੂੰ ਤਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਅਸੀਂ ਪੜ੍ਹਦੇ ਹਾਂ ਇਹ ਸਾਡਾ ਕੰਸੈਪਟ ਹੈ, ਸਾਡਾ ਫਲਸਫਾ ਹੈ, ਇਹ ਸਾਡਾ ਫਲਸਫਾ ਹੈ। ਦੁਨੀਆਂ ਦੇ ਵਿੱਚ ਝਾਤ ਮਾਰ ਕੇ ਤਾਂ ਤਿੰਨ ਤਰ੍ਹਾਂ ਦੇ ਦੁੱਖ ਅੱਜ ਦੁਨੀਆਂ ਚ ਦੇਖਣ ਨੂੰ ਮਿਲਦੇ, ਤਿੰਨ ਤਰ੍ਹਾਂ ਦੇ। ਇੱਕ ਹੈ ਸਰੀਰਕ ਦੁੱਖ, ਅੱਜ ਕੋਈ ਬਿਰਲਾ ਬਿਰਲਾ ਭਾਗਾਂ ਵਾਲਾ ਹੀ ਹੈ ਜਿਹੜਾ ਕਹਿੰਦਾ ਹੋਵੇ ਕਿ ਮੈਨੂੰ ਕੋਈ ਸਰੀਰਕ ਰੋਗ ਨਹੀਂ ਹੈ, ਉਹ ਵੀ ਕੋਈ ਨੌਜਵਾਨ ਹੋ ਸਕਦਾ ਹੈ। ਨਹੀਂ ਤਾਂ ਸਾਰੇ ਜਿਹੜੇ ਨੇ ਜਿਹਨੂੰ ਮਰਜ਼ੀ ਪੁੱਛ ਲਓ, ਕੋਈ ਕਹੇਗਾ ਮੇਰੇ ਸਿਰ 'ਚ ਪੀੜ ਹੈ, ਕੋਈ ਕਰੇਗਾ ਮੇਰੇ ਹੱਥ 'ਚ ਪੀੜ ਹੈ, ਕੋਈ ਕਰੇ ਮੇਰੇ ਬੀਪੀ ਵੱਧ ਹੈ, ਕੋਈ ਕਹੇਗਾ ਮੇਰਾ ਕੋਲੈਸਟ੍ਰੋਲ ਵੱਧ ਹੈ, ਕੋਈ ਕਹਿੰਦਾ ਮੇਰੀ ਸ਼ੂਗਰ ਨੋਰਮਲ ਨਹੀਂ ਹੈ। ਇਹੋ ਦੇਖਦੇ ਨੇ। ਔਰ ਇਹ ਦੁੱਖ ਜਿਹੜਾ ਨਾ ਸਰੀਰਕ ਦੁੱਖ, ਇਹ ਨਹੀਂ ਹੈ ਕਿ ਹਿੰਦੂ ਨੂੰ ਹੈ, ਮੁਸਲਮਾਨ ਨੂੰ ਨਹੀਂ ਹੈ। ਨਹੀਂ, ਮੁਸਲਮਾਨ ਨੂੰ ਵੀ ਹੈਗੇ ਹੈ, ਸਿੱਖਾਂ ਨੂੰ ਵੀ ਹੈਗੇ ਹੈ, ਬੋਧੀਆਂ ਨੂੰ ਵੀ ਹੈਗੇ ਹੈ, ਜੈਨੀਆਂ ਨੂੰ ਵੀ ਹੈਗੇ ਹੈ। ਕਿਉਂਕਿ ਇਹ ਜਿਹੜਾ ਦੁੱਖ ਹੈ ਨਾ ਇਹ ਮਨੁੱਖ ਨੂੰ ਹੈ, ਮਨੁੱਖ ਚਾਹੇ ਕੋਈ ਵੀ ਹੈ। ਤੇ ਦੂਸਰਾ ਦੂਸਰਾ ਮਾਨਸਿਕ ਦੁੱਖ, ਮਾਨਸਿਕ ਪੀੜਾ, ਇਹ ਦੁੱਖ ਵੀ ਜਿਹੜਾ ਹੈ ਕੋਈ ਜਾਤ ਧਰਮ ਨਹੀਂ ਦੇਖਦਾ, ਇਹ ਵੀ ਹਰ ਇੱਕ ਦੇ ਅੰਦਰ ਹੀ ਹੈ। ਕੋਈ ਕਾਮ ਦੇ ਨਾਲ ਗ੍ਰਸਿਆ, ਕੋਈ ਕ੍ਰੋਧ ਦੇ ਨਾਲ ਗ੍ਰਸਿਆ, ਮਾੜੀ ਜਿਹੀ ਗੱਲ ਤੇ ਹਾਈਪਰ ਹੋ ਜਾਂਦੀ, ਕਿਸੇ ਚ ਲੋਭ ਇੰਨਾ ਕਿ ਉਹ ਜਾਇਜ਼ ਨਜਾਇਜ਼ ਵੀ ਦੇਖਦਾ, ਕਿਸੇ ਚ ਮੋਹ ਇੰਨਾ ਹੈ ਕਿ ਉਸ ਮੋਹ ਦੀ ਪੂਰਤੀ ਹਿੱਤ ਉਹ ਪਤਾ ਨੀ ਕਿੰਨਿਆਂ ਦੀ ਜ਼ਿੰਦਗੀ ਦਾਅ ਤੇ ਲਾ ਦਿੰਦਾ। ਜਿਵੇਂ ਧ੍ਰਿਤਰਾਸ਼ਟਰ ਨੇ ਪੁੱਤਰ ਮੋਹ ਚ ਸਾਰਾ ਸਾਮਰਾਜ ਹੀ ਬਰਬਾਦ ਕਰਵਾ ਲਿਆ, ਐਸੇ ਲੋਕ ਅੱਜ ਵੀ ਬਥੇਰੇ ਮਿਲਦੇ ਨੇ। ਹੰਕਾਰ, ਇਹ ਬਿਮਾਰੀਆਂ ਨੇ, ਕਿੱਡੀ ਕਮਾਲ ਦੀ ਗੱਲ ਹੈ। ਅਸੀਂ ਸਰੀਰਕ ਬਿਮਾਰੀਆਂ ਬਾਰੇ ਤਾਂ ਜਾਣਦੇ ਹਾਂ ਲੇਕਿਨ ਇਹਨਾਂ ਬਿਮਾਰੀਆਂ ਨੂੰ ਅਸੀਂ ਬਿਮਾਰੀਆਂ ਨਹੀਂ ਸਮਝਦੇ, ਅਸੀਂ ਬਿਮਾਰੀਆਂ ਨਹੀਂ ਮੰਨਦੇ, ਤੇ ਫਿਰ ਠੀਕ ਕਿਵੇਂ ਹੋਣਗੀਆਂ? ਕਾਮ ਦਾ ਰੋਗ ਹੈ, ਕ੍ਰੋਧ ਦਾ ਰੋਗ ਹੈ, ਲੋਭ ਦਾ ਰੋਗ ਹੈ, ਮੋਹ ਦਾ ਰੋਗ ਹੈ, ਹੰਕਾਰ ਦਾ ਰੋਗ ਹੈ, ਈਰਖਾ ਦਾ ਰੋਗ ਹੈ, ਦਵੈਸ਼ ਦਾ ਰੋਗ ਹੈ, ਸਾੜੇ ਦਾ ਰੋਗ ਹੈ। ਮੈਨੂੰ ਪੁੱਛਦੇ ਕਈ ਵਾਰੀ ਕਿ ਪੰਥ ਦੇ ਵਿੱਚ ਲੜਾਈ ਬੜੀ ਪੈ ਰਹੀ ਹੈ, ਇਹ ਲੜ ਬੜੇ ਰਹੇ ਨੇ, ਇਹਨਾਂ ਨੂੰ ਸਮਝਾਓ। ਐਕਚੁਅਲੀ ਬੰਦੇ ਨਹੀਂ ਲੜ ਰਹੇ, ਹੰਕਾਰ ਤੇ ਈਰਖਾ ਲੜ ਰਹੇ ਨੇ, ਹੰਕਾਰ ਤੇ ਲਾਲਚ ਨੂੰ ਲੜ ਰਹੇ ਨੇ।
ਇਹ ਦੂਸਰੀ ਕਿਸਮ ਦੇ ਰੋਗ ਹੈ। ਪਰ ਇੱਕ ਤੀਸਰੀ ਕਿਸਮ ਦੇ ਰੋਗ ਵੀ ਹੈਗੇ ਨੇ। ਤੀਸਰੀ ਕਿਸਮ ਦੇ ਰੋਗ ਜਿਹੜੇ ਨੇ ਉਹਨੇ ਆਸ ਪਾਸ ਦੀਆਂ ਵਿਪਤਾਵਾਂ ਜਿਹੜੀਆਂ ਮਨੁੱਖ ਨੂੰ ਘੇਰਦੀਆਂ ਨੇ, ਕਿਸੇ ਦੀ ਔਲਾਦ ਨਹੀਂ ਹੈ, ਇਹ ਵੀ ਇੱਕ ਦੁਖੀ ਹੈ, ਬਿਮਾਰੀ ਹੈ ਕਿ ਔਲਾਦ ਨਹੀਂ, ਵਿਚਾਰਾ ਭੜਕਦਾ, ਕਿਸੇ ਕੋਲ ਹੈਗੀ ਹੈ ਲੇਕਿਨ ਚੰਗੀ ਨਹੀਂ ਹੈ, ਉਹ ਮਾੜੀ ਨਿਕਲਦੀ, ਆਖੇ ਹੀ ਨਹੀਂ ਲੱਗਦੀ, ਮਾਂ ਬਾਪ ਕੁਛ ਕਹਿੰਦੇ ਨੇ ਉਹ ਕਰਦੇ ਕੁਛ ਹੈ, ਇਹ ਵੀ ਇੱਕ ਸਮੱਸਿਆ, ਇਹ ਵੀ ਇੱਕ ਬਿਮਾਰੀ ਹੈ। ਕਾਰੋਬਾਰ ਨਹੀਂ ਚੱਲਦਾ, ਕਾਰੋਬਾਰ ਨਹੀਂ ਚੱਲਦਾ, ਖੇਤੀਬਾੜੀ 'ਚ ਨੁਕਸਾਨ ਹੋ ਗਿਆ, ਹੜ੍ਹ ਆ ਗਿਆ, ਭੂਚਾਲ ਆ ਗਿਆ, ਘਰ ਬਰਬਾਦ ਹੋ ਗਿਆ, ਇਹ ਵੀ ਤਾਂ ਬਿਮਾਰੀਆਂ ਹੈ ਨਾ। ਇਹ ਤਿੰਨ ਤਰ੍ਹਾਂ ਦੇ ਰੋਗ ਜਿਹੜੇ ਨੇ ਇਹ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਤਿੰਨ ਤਰ੍ਹਾਂ ਦੇ ਰੋਗ ਸਿੱਖਾਂ ਨੂੰ ਨਹੀਂ ਮਨੁੱਖਾਂ ਨੂੰ ਹੈ, ਚਾਹੇ ਉਹ ਸਿੱਖ ਹੈ ਤੇ ਚਾਹੇ ਹੀ ਨਾ। ਹਾਲਾਂਕਿ ਇਹਦਾ ਹੱਲ ਵੀ ਦੱਸਿਆ ਪਾਤਸ਼ਾਹ, ਮਹਾਰਾਜ ਕੀ ਹੱਲ ਹੈ ਜਦੋਂ ਰੋਗ ਹੁੰਦਾ, ਜਦੋਂ ਬਿਮਾਰੀ ਹੁੰਦੀ ਹੈ, ਆਪਾਂ ਕਿਹਦੇ ਕੋਲ ਜਾਂਦੇ ਹਾਂ? ਡਾਕਟਰ ਕੋਲ ਜਾਂਦੇ ਹਾਂ। ਤੇ ਇਹਨਾਂ ਤਿੰਨਾਂ ਰੋਗਾਂ ਦਾ ਔਲਾਜ ਜਿਹੜਾ ਹੈ, ਇਲਾਜ ਜਿਹੜਾ, ਉਹ ਕਿਹੜੇ ਡਾਕਟਰ ਦੇ ਕੋਲ ਹੈ? ਗੁਰੂ ਨੂੰ ਪੁੱਛੀਏ ਕਿਹੜੇ ਡਾਕਟਰ ਕੋਲ ਹੈ, ਮਹਾਰਾਜ ਅਸੀਂ ਤਾਂ ਰੋਗ ਦੂਰ ਕਰਵਾਉਂਦੇ। ਤਾਂ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਇੱਕ ਬਚਨ ਜਿਹੜਾ ਅਸੀਂ ਅਰਦਾਸ ਰੂਪ ਵਿੱਚ ਪੜ੍ਹਦੇ ਹਾਂ, ਉਹ ਕਹਿੰਦੇ ਤੀਲੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਤਿੰਨੇ ਹੀ ਤਾਪਾਂ ਨੂੰ, ਇਹ ਤਿੰਨੇ ਹੀ ਪ੍ਰੋਬਲਮਾਂ ਨੂੰ, ਤਿੰਨੀਆਂ ਹੀ ਬਿਮਾਰੀਆਂ ਨੂੰ, ਸਰੀਰਕ, ਮਾਨਸਿਕ ਤੇ ਆਸ ਪਾਸ ਦੀਆਂ ਵਿਪਤਾਵਾਂ, ਜਿਹਨੂੰ ਆਦ ਵਿਆਧ ਤੇ ਉਪਾਧ ਵੀ ਕਿਹਾ ਗਿਆ, ਆਦ ਵਿਆਧ ਤੇ ਉਪਾਧ ਦੀ ਵੀ ਸੰਗਿਆ ਦਿੱਤੀ ਹੈ, ਇਹਨਾਂ ਨੂੰ ਦੂਰ ਕਰਨ ਵਾਲਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਹੈ। ਮਹਾਰਾਜ ਕਹਿੰਦੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਮਹਾਤਮਾ ਬੁੱਧ ਨੇ ਇੱਕ ਲਫ਼ਜ਼ ਬੜਾ ਖੂਬਸੂਰਤ ਕਿਹਾ, ਜਿਹੜਾ ਬੜਾ ਪ੍ਰਸਿੱਧ ਹੈ, ਕਿ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਇੱਕ ਕਾਰਨ ਹੈ, ਤੁਸੀਂ ਕਾਰਨ ਨੂੰ ਦੂਰ ਕਰੋ, ਦੁੱਖ ਆਪਣੇ ਆਪ ਹੀ ਖਤਮ ਹੋ ਜਾਂਦੇ। ਇਹ ਬੁੱਧ ਦਾ ਵਚਨ ਹੈ, ਬੁੱਧ ਦਾ ਸ਼ਬਦ ਹੈ, ਕਿ ਦੁੱਖ ਦਾ ਇੱਕ ਕਾਰਨ ਹੈ, ਪ੍ਰੋਬਲਮ ਜਿਹੜੀ ਹੈ ਉਹਦਾ ਇੱਕ ਰੀਜ਼ਨ ਹੈ, ਕਾਰਨ ਹੈ, ਤੁਸੀਂ ਪ੍ਰੋਬਲਮ ਨੂੰ ਦੂਰ ਨਾ ਕਰੋ, ਤੁਸੀਂ ਜਿਸ ਕਾਰਨ ਤੋਂ ਪ੍ਰੋਬਲਮ ਹੋ ਰਹੀ ਹੈ ਤੁਸੀਂ ਉਸ ਕਾਰਨ ਨੂੰ ਦੂਰ ਕਰ ਦਿਓ, ਉਹ ਪ੍ਰੋਬਲਮ ਜਿਹੜੀ ਹੈ ਆਪਣੇ ਆਪ ਹੀ ਹੱਲ ਹੋ ਜਾਏ। ਮਹਾਰਾਜ ਤੁਸੀਂ ਸਾਡਾ ਮਾਰਗ ਦਰਸ਼ਕ ਕਰੋ ਕਿ ਇਹ ਜਿਹੜੇ ਤਿੰਨ ਦੁੱਖ ਹੈ ਇਹਨਾਂ ਤਿੰਨਾਂ ਦੁੱਖਾਂ ਦਾ ਕਾਰਨ ਕਿਹੜਾ ਹੈ? ਸਾਨੂੰ ਤਾਂ ਕੋਈ ਨਜ਼ਰ ਹੀ ਨਹੀਂ ਪੈਂਦਾ, ਕਿਸ ਕਾਰਨ ਸਾਨੂੰ ਇਹ ਰੋਗ ਲੱਗ ਰਹੇ ਨੇ, ਕਿਸ ਕਾਰਨ ਸਾਨੂੰ ਇਹ ਦੁੱਖ ਲੱਗ ਰਹੇ ਨੇ? ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਾਰਨ ਦੱਸਦੇ ਨੇ। ਇੱਕ ਗੱਲ ਚੇਤੇ ਰੱਖਿਓ ਸਤਸੰਗ ਜੀ, ਮਨੁੱਖੀ ਜੀਵਨ ਦਾ ਕੋਈ ਐਸਾ ਪਹਿਲੂ ਨਹੀਂ ਹੈ ਜਿਹਦੇ ਉੱਤੇ ਗੁਰਬਾਣੀ ਨੇ ਚਰਚਾ ਨਾ ਕੀਤੀ ਹੋਵੇ, ਔਰ ਕੋਈ ਐਸਾ ਖੇਤਰ ਨਹੀਂ ਹੈ ਜਿੱਥੇ ਗੁਰਬਾਣੀ ਸਾਨੂੰ ਅਗਵਾਈ ਨਾ ਦਿੰਦੀ ਹੋਵੇ, ਚਾਹੇ ਉਹ ਧਾਰਮਿਕ ਹੈ, ਚਾਹੇ ਉਹ ਸਮਾਜਿਕ ਹੈ, ਚਾਹੇ ਉਹ ਰਾਜਨੀਤਿਕ ਹੈ, ਚਾਹੇ ਉਹ ਆਰਥਿਕ ਹੈ, ਹਰ ਖੇਤਰ ਚ ਅਗਵਾਈ ਦਿੰਦੀ। ਮਹਾਰਾਜ ਕੀ ਕਾਰਨ ਹੈ ਇਹ ਤਿੰਨ ਤਰ੍ਹਾਂ ਦੇ ਰੋਗ ਅੱਜ ਸਾਨੂੰ ਚੁੰਬੜੇ ਹੋਏ ਹੈ?
ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਕਹਿੰਦੇ ਰੱਬ ਨੂੰ ਭੁੱਲ ਜਾਂਦਾ ਨਾ ਕੋਈ, ਪਰਮਾਤਮਾ ਨੂੰ ਭੁੱਲ ਜਾਂਦਾ, ਉਦੋਂ ਇਹ ਪੈਦਾ ਹੁੰਦੇ ਨੇ। ਈਸ਼ਵਰ ਨੂੰ ਜਦੋਂ ਭੁੱਲ ਜਾਂਦਾ, ਵਾਹਿਗੁਰੂ ਨੂੰ ਭੁੱਲ ਜਾਂਦਾ, ਕੀ ਹੈ ਵਾਹਿਗੁਰੂ? ਵਾਹਿਗੁਰੂ ਸਾਡੀ ਜੜ ਹੈ, ਸਾਡਾ ਰੂਟ ਹੈ। ਤੇ ਕੋਈ ਵੀ ਜਦੋਂ ਆਪਣੇ ਰੂਟ ਦੇ ਨਾਲੋਂ ਟੁੱਟਦਾ, ਆਪਣੀ ਜੜ ਦੇ ਨਾਲੋਂ ਟੁੱਟਦਾ, ਉਹਨੂੰ ਨੁਕਸਾਨ ਉਠਾਉਣਾ ਹੀ ਪੈਂਦਾ, ਉਹਦੇ ਵਜੂਦ ਨੂੰ ਖਤਰਾ ਹੁੰਦਾ ਹੀ ਹੁੰਦਾ। ਦਰਖਤ ਨਾਲ ਜੁੜਿਆ ਪੱਤਾ ਓਨਾ ਚਿਰ ਹਰਾ ਹੈ ਜਿੰਨਾ ਚਿਰ ਉਹ ਦਰਖਤ ਨਾਲ ਜੁੜਿਆ। ਜਿਸ ਦਿਨ ਪੱਤਾ ਦਰਖਤ ਨਾਲ ਟੁੱਟ ਗਿਆ, ਉਹਦੇ ਅੰਦਰੋਂ ਹਰਿਆਲੀ ਜਿਹੜੀ ਹੈ ਇੱਕਦਮ ਗਾਇਬ ਨਹੀਂ ਹੁੰਦੀ, ਹੌਲੀ 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 ਗਾਇਬ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਕੀ ਹੁੰਦਾ? ਪੱਤਾ ਸੁੱਕ ਜਾਂਦਾ ਹੈ, ਤੇ ਸੁੱਕਿਆ ਪੱਤੇ ਨੂੰ ਹਵਾ ਜਿਹੜੀ ਹੈ ਉਡਾ ਕੇ ਗੰਦੀ ਨਾਲੀ 'ਚ ਸੁੱਟ ਦਿੰਦੀ ਹੈ ਜਿੱਥੇ ਉਹਦਾ ਵਜੂਦ ਖਤਮ ਹੋ ਜਾਂਦਾ ਹੈ। ਨਦੀ ਉਹਨਾਂ ਚਿਰ ਹੀ ਵਗਦੀ ਹੈ ਜਿੰਨਾ ਚਿਰ ਆਪਣੇ ਸੋਮੇ ਨਾਲ ਜੁੜੀ ਹੈ। ਜਿਸ ਦਿਨ ਨਦੀ ਆਪਣੇ ਸੋਮੇ ਨਾਲੋਂ ਟੁੱਟ ਜਾਂਦੀ ਹੈ, ਉਹ ਸੁੱਕ ਜਾਂਦੀ ਹੈ, ਤੇ ਸੁੱਕੀ ਹੋਈ ਨਦੀ ਦਾ ਹੌਲੀ ਹੌਲੀ ਵਜੂਦ ਜਿਹੜਾ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਇੱਕ ਦਿਨ ਐਸਾ ਵੀ ਆਉਂਦਾ ਜਦੋਂ ਉਸ ਨਦੀ ਵਾਲੀ ਜਗ੍ਹਾ ਦੇ ਉੱਤੇ ਸ਼ਹਿਰ ਵਸ ਜਾਂਦੇ ਹੈ, ਤੇ ਜਦੋਂ ਕਿਤੇ ਫਿਰ ਉਹ ਜਿਹਦੇ ਸੋਮੇ ਤੋਂ ਨਦੀ ਫੁੱਟਦੀ ਹੁੰਦੀ ਹੈ, ਉਸ ਸੋਮੇ ਦੇ ਵਿੱਚ ਜਦੋਂ ਸਲਾਬ ਆਉਂਦਾ ਹੈ ਤੇ ਨਦੀ ਜਿਹੜੀ ਹੈ ਫਿਰ ਵਗਦੀ ਹੈ, ਤੇ ਜਦੋਂ ਨਦੀ ਵਗਦੀ ਹੈ ਨਾ, ਉਹ ਆਪਣੇ ਪੁਰਾਣੇ ਰਾਹਾਂ ਨੂੰ ਤਲਾਸ਼ ਲੈਂਦੀ ਹੈ, ਪੁਰਾਣੇ ਰਾਹਾਂ ਨੂੰ ਤਲਾਸ਼ ਲੈਂਦੀ ਹੈ। ਪਤਾ ਕੀ ਕਹਿੰਦੇ ਆ? ਕਹਿੰਦੇ ਜੀ ਹੜਾ ਗਿਆ, ਗੰਗਾ ਸਤਲੁਜ ਜਾਂ ਬਿਆਸ ਕੋਈ ਵੀ ਨਦੀ ਹੈ, ਉਸਨੇ ਸਲਾਨਾ ਸ਼ਹਿਰ ਜਿਹੜਾ ਹੈ ਉਹ ਬਰਬਾਦ ਕਰ ਦਿੱਤਾ। ਆਪਣੇ ਰਾਹ ਦੇ ਵਿੱਚ ਉਹਨੇ ਨਦੀ ਨੇ ਰੂਟ ਬਦਲ ਲਿਆ, ਨਦੀ ਨੇ ਰੂਟ ਬਦਲ ਕੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਨਦੀ ਨੇ ਰਸਤਾ ਲੈ ਲਿਆ, ਵੱਖਰਾ ਰਸਤਾ ਲੈ ਲਿਆ। ਨਦੀ ਵੱਖਰਾ ਰਸਤਾ ਨਹੀਂ ਲੈਣਾ, ਨਦੀ ਸਾਡੇ ਸ਼ਹਿਰ ਨਹੀਂ ਢਾਉਂਦੀ, ਤੇ ਜੇ ਢਹਿੰਦੇ ਆ ਤੇ ਇਸ ਕਰਕੇ ਢਹਿੰਦੇ ਆ ਕਿਉਂਕਿ ਅਸੀਂ ਨਦੀਆਂ ਦੇ ਰਾਹਾਂ ਨੂੰ ਆਪਣੀ ਰਹਿਣ ਦੀ ਜਗ੍ਹਾ ਬਣਾ ਲਈ ਆ। ਜਦੋਂ ਮਨੁੱਖ ਕੁਦਰਤ ਨਾਲ ਖਿਲਵਾੜ ਕਰਨ ਦਾ ਨਦੀਆਂ ਵਾਲੇ ਰਾਹ ਨੂੰ ਜਿਹੜਾ ਬੰਦ ਹੋ ਚੁੱਕਿਆ ਉਹਨੂੰ ਜਦੋਂ ਆਪਣਾ ਘਰ ਬਣਾ ਲੈਂਦਾ ਹੈ, ਆਪਣਾ ਜਿਹੜਾ ਹੈ ਸ਼ਹਿਰ ਉੱਥੇ ਵਸਾ ਲੈਂਦਾ, ਤੇ ਜਦੋਂ ਨਦੀਆਂ ਦੇ ਸੋਮਿਆਂ ਦੇ ਵਿੱਚ ਉਫਾਨ ਆਉਂਦਾ, ਨਦੀਆਂ ਜੌਬਨ ਪਕੜਦੀਆਂ ਨੇ, ਉਦੋਂ ਫਿਰ ਉਹ ਆਪਣੇ ਪੁਰਾਣੇ ਰਸਤਿਆਂ ਤੇ ਚੱਲਦੀਆਂ ਨੇ, ਤੇ ਫਿਰ ਜਿਹੜਾ ਕੁਝ ਉਹਨਾਂ ਦੇ ਰਾਹ ਦੇ ਮੰਨ ਕੇ ਬੈਠਾ ਹੁੰਦਾ ਉਹਨੂੰ ਉਹ ਪਾਸੇ ਕਰ ਦਿੰਦੀਆਂ। ਅਸੀਂ ਚੀਕਦੇ ਹਾਂ, ਇਹ ਕੀ ਹੋ ਗਿਆ? ਕੁਦਰਤ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੀ। ਨੁਕਸਾਨ ਉਦੋਂ ਹੁੰਦਾ ਜਦੋਂ ਮਨੁੱਖ ਕੁਦਰਤ ਨਾਲ ਥੋੜ੍ਹੀ ਛੇੜਛਾੜ ਕਰਦਾ ਹੈ, ਫਿਰ ਬਰਬਾਦੀ ਤਬਾਹੀ ਕਹਿੰਦੀ ਹੈ ਕੁਦਰਤ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਦੋਂ ਕੋਈ ਮਨੁੱਖ ਆਪਣੀ ਜੜ ਦੇ ਨਾਲ ਟੁੱਟ ਜਾਂਦਾ ਹੈ, ਉਸ ਵਕਤ ਉਹਨੂੰ ਦੁੱਖ ਹੰਡਾਉਣੇ ਪੈਂਦੇ ਹੈ। ਸਿੱਖ ਵਿਰਾਸਤ ਸਾਡੀ ਜੜ ਹੈ, ਇੱਕ ਅਕਾਲ ਪੁਰਖ ਸਾਡੀ ਜੜ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਡੀ ਜੜ ਹੈ। ਜਿੰਨਾ ਚਿਰ ਅਸੀਂ ਇਸ ਨਾਲ ਜੁੜੇ ਰਹਾਂਗੇ, ਸਰੀਰਕ ਤੌਰ ਤੇ ਵੀ ਔਰ ਮਾਨਸਿਕ ਤੌਰ ਤੇ ਵੀ। ਵੈਸੇ ਸਰੀਰਕ ਤੌਰ ਤੇ ਅਸੀਂ ਜੁੜ ਜਾਂਦੇ ਹਾਂ, ਮਾਨਸਿਕ ਤੌਰ ਤੇ ਘੱਟ ਜੁੜਦੇ ਹਾਂ, ਇਸ ਕਰਕੇ ਸਰੀਰ ਜਿਹੜਾ ਹੈ ਉਹ ਤਸੱਲੀ ਕਰ ਲੈਂਦਾ ਕਿ ਮੈਂ ਸਿੱਖ ਬਣ ਗਿਆ, ਲੇਕਿਨ ਮਨ ਜਿਹੜਾ ਉਹ ਭਟਕਦਾ ਹੀ ਰਹਿੰਦਾ, ਮਨ ਵਿਚਲਿਤ ਹੀ ਰਹਿੰਦਾ। ਇਹ ਸਾਡੀ ਰੂਟ ਹੈ, ਸਾਡੀ ਜੜ ਹੈ, ਇਸ ਕਾਰਨ ਹੀ ਦੁੱਖ ਵਿਆਪ ਰਹੇ। ਔਰ ਮਨੁੱਖ ਨੂੰ ਦੁੱਖ ਇਸ ਕਰਕੇ ਲੱਗੇ ਨੇ ਕਿਉਂਕਿ ਉਹ ਆਪਣੇ ਈਸ਼ਵਰ ਨੂੰ ਭੁੱਲ ਗਿਆ। ਉਹ ਈਸ਼ਵਰ ਜਿਹੜਾ ਪੂਰੇ ਬ੍ਰਹਿਮੰਡ ਦਾ ਇੱਕ ਹੈ, ਔਰ ਜਿਸਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਜਿਸਨੇ ਸਾਰੀ ਖਲਕਤ ਨੂੰ ਪੈਦਾ ਕੀਤਾ,
ਜਿਸਨੇ ਸਾਰੀ ਖਲਕਤ ਨੂੰ ਪੈਦਾ ਕੀਤਾ ਹੈ। ਵਿਗਾਸ ਦੀ ਆਪਾਂ ਗੱਲ ਕੀਤੀ ਹੈ, ਵਿਗਾਸ ਕੀ ਹੈ? ਵਿਗਾਸ ਹੈ ਖੇੜਾ, ਆਨੰਦ। ਗੁਰਬਾਣੀ ਦੇ ਵਿੱਚ ਦੋਨੇ ਤਰ੍ਹਾਂ ਦੇ, ਦੋ ਤਰ੍ਹਾਂ ਦੇ ਸੁੱਖ ਹੈ। ਦੁੱਖ ਜਿਹੜੇ ਨੇ ਕਿੰਨੇ ਹੈ? ਤਿੰਨ ਤਰ੍ਹਾਂ ਦੇ। ਤੇ ਸੁੱਖ ਕਿੰਨੇ ਤਰ੍ਹਾਂ ਦੇ ਹੈ? ਦੋ ਤਰ੍ਹਾਂ ਦੇ। ਬਾਣੀ ਚ ਤਿੰਨ ਤਰ੍ਹਾਂ ਦੇ ਦੁੱਖਾਂ ਦਾ ਜ਼ਿਕਰ ਹੈ, ਦੋ ਤਰ੍ਹਾਂ ਦੇ ਸੁੱਖਾਂ ਦਾ ਜ਼ਿਕਰ ਹੈ। ਇੱਕ ਸੁੱਖ ਹੈ ਦੁਨਿਆਵੀ ਸੁੱਖ, ਦੁਨਿਆਵੀ ਸੁੱਖ, ਤੇ ਇੱਕ ਸੁੱਖ ਹੈ ਆਤਮਕ ਸੁੱਖ। ਦੋਨਾਂ ਚ ਫਰਕ ਕੀ ਹੈ ਸਤਸੰਗ? ਇਸ ਕਰਕੇ ਅੱਜ ਆਪਾਂ ਸਿੱਖ ਦਰਸ਼ਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਸੰਗਤ ਦੇਖੀ ਹੈ। ਦੁਨਿਆਵੀ ਸੁੱਖ ਜਿਹੜਾ ਨਾ, ਇਹਦੀ ਖਾਸੀਅਤ ਹੈ ਕਿ ਇਹਦੀ ਉਮਰ ਬਹੁਤ ਥੋੜੀ ਹੁੰਦੀ ਹੈ, ਬਹੁਤ ਛੋਟੀ ਉਮਰ ਦਾ ਹੁੰਦਾ ਦੁਨਿਆਵੀ ਸੁੱਖ। ਸਾਨੂੰ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਤੋ ਲੰਗਰ ਚੋਂ ਪ੍ਰਸ਼ਾਦਾ ਛਕਣ ਨੂੰ ਮਿਲ ਜਾਂਦਾ, ਅਸੀਂ ਪ੍ਰਸ਼ਾਦਾ ਛਕ ਕੇ ਕਹਿੰਦੇ ਵਾਹ ਆਨੰਦ ਆ ਗਿਆ। 6-7 ਘੰਟਿਆਂ ਬਾਅਦ ਫਿਰ ਭੁੱਖ ਲੱਗੀ ਆਉਂਦੀ ਹੈ, ਉਹ ਆਨੰਦ ਗਾਇਬ ਹੋ ਜਾਂਦਾ, ਉਹ ਆਨੰਦ ਗਾਇਬ ਹੋ ਜਾਂਦਾ ਜਦੋਂ 6-7 ਘੰਟਿਆਂ ਬਾਅਦ ਫਿਰ ਭੁੱਖ ਲੱਗੀ। ਪਿਆਸ ਲੱਗਦੀ ਹੈ ਗਰਮੀ ਦੇ ਮੌਸਮ ਦੇ ਵਿੱਚ, ਕਿਤੇ ਠੰਡਾ ਪਾਣੀ ਸਾਨੂੰ ਮਿਲ ਜਾਂਦਾ ਪੀਣ ਵਾਸਤੇ, ਅਸੀਂ ਪੀ ਕੇ ਸੁੱਖ ਮਹਿਸੂਸ ਕਰਦੇ ਹਾਂ, ਲੇਕਿਨ ਉਹ ਸੁੱਖ ਜਿਹੜਾ ਥੋੜ੍ਹਾ ਸਮਾਂ ਰਹਿੰਦਾ ਹੈ। ਪਿਆਸ ਫਿਰ ਲੱਗੇ ਆਉਂਦੀ ਹੈ, ਪਿਆਸ ਫਿਰ ਲੱਗ ਜਾਂਦੀ, ਪੈਸਾ ਆ ਗਿਆ ਸੁੱਖ ਮਿਲਿਆ, ਲੇਕਿਨ ਜਦੋਂ ਪੈਸਾ ਖਰਚ ਹੋ ਜਾਂਦਾ ਫਿਰ ਅਸੀਂ ਉੱਥੇ ਤੇ ਉੱਥੇ ਫਿਰ ਦੁੱਖ ਹੋ ਜਾਂਦਾ। ਇਹ ਥੋੜੇ ਸਮੇਂ ਦਾ ਸੁੱਖ ਹੈ। ਮਨੁੱਖ ਕਹਿੰਦਾ ਰਹਿੰਦਾ ਰੋਟੀ, ਭੁੱਖੇ ਨੂੰ ਰੋਟੀ ਮਿਲ ਗਈ ਕਹਿੰਦਾ ਆਨੰਦ ਆ ਗਿਆ, ਪਿਆਸੇ ਨੂੰ ਪਾਣੀ ਮਿਲ ਗਿਆ ਕਹਿੰਦਾ ਆਨੰਦ ਆ ਗਿਆ, ਗਰਮੀ ਦੇ ਵਿੱਚ ਠੰਡੀ ਹਵਾ ਦਾ ਬੁੱਲਾ ਕਿਤੇ ਮਿਲ ਗਿਆ ਕਹਿੰਦਾ ਆਨੰਦ ਆ ਗਿਆ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਕਹਿਣ ਨੂੰ ਤਾਂ ਸਾਰੇ ਕਹਿੰਦੇ ਆਨੰਦ ਆ ਗਿਆ ਆਨੰਦ ਆ ਗਿਆ, ਪਰ ਇਹ ਆਨੰਦ ਜਿਹੜਾ ਜਿਹੜਾ ਪੈਦਾ ਹੁੰਦਾ ਤੇ ਖਤਮ ਹੋ ਜਾਂਦਾ। ਇਹ ਆਨੰਦ ਕਿਹੋ ਜਿਹਾ? ਜਿਹੜਾ ਪੈਦਾ ਹੁੰਦਾ ਤੇ ਖਤਮ ਹੋ ਜਾਂਦਾ। ਇੱਕ ਹੈ ਮਾਨਸਿਕ ਸੁੱਖ, ਮਾਨਸਿਕ ਸੁੱਖ, ਮਾਨਸਿਕ ਸੁੱਖ ਦੀ ਖਾਸੀਅਤ ਇਹ ਹੈ ਕਿ ਜਿਸ ਦੇ ਅੰਦਰ ਇਹ ਇੱਕ ਵਾਰ ਪੈਦਾ ਹੋ ਜਾਂਦਾ ਹੈ, ਮੁੜ ਕੇ ਖਤਮ ਹੋਣ ਦਾ ਨਾਂ ਨਹੀਂ ਲੈਂਦਾ ਹੈ, ਮੁੜ ਕੇ ਖਤਮ ਹੋਣ ਦਾ ਨਾਂ ਨਹੀਂ ਲੈਂਦਾ। ਇੱਕ ਬੜਾ ਅਹਿਮ ਸਵਾਲ ਜਿਹੜਾ ਸਾਡੇ ਜ਼ਿਹਨ ਦੇ ਵਿੱਚ ਉੱਠ ਕੇ ਬਾਹਰ ਆਉਂਦਾ ਹੈ, ਉਹ ਇਹ ਕਿ ਸਰੀਰਕ ਦੁੱਖ ਉਸ ਨੂੰ ਹੁੰਦੇ ਨੇ ਜਿਹੜਾ ਈਸ਼ਵਰ ਨਾਲ ਜੁੜਦਾ। ਤਿੰਨੇ ਤਰ੍ਹਾਂ ਦੇ ਦੁੱਖ ਹੈ ਨਾ, ਤਿੰਨੇ ਤਰ੍ਹਾਂ ਦੇ ਦੁੱਖ ਉਸ ਨੂੰ ਲੱਗਦੇ ਨੇ ਜਿਹੜਾ ਅਕਾਲ ਪੁਰਖ ਨਾਲ ਉਹ ਟੁੱਟ ਜਾਂਦਾ ਹੈ, ਚਾਹੇ ਉਹ ਸਰੀਰਕ ਦੁੱਖ ਹੈ ਜਾਂ ਮਾਨਸਿਕ ਦੁੱਖ ਹੈ ਜਾਂ ਆਸ ਪਾਸ ਦੀਆਂ ਵਿਪਤਾਵਾਂ। ਪਰ ਸਰੀਰਕ ਸੁੱਖ ਤਾਂ ਸਾਡੀ ਕੌਮ ਦੇ ਅੰਦਰ ਪਤਾ ਨਹੀਂ ਕਿੰਨਿਆਂ ਕੁ ਨੇ ਹੰਢਾਏ ਆ, ਕਿ ਉਹ ਪਰਮਾਤਮਾ ਤੋਂ ਟੁੱਟੇ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਤਤੀਆਂ ਤਲੀਆਂ ਤੇ ਬੈਠਣਾ, ਕੀ ਇਹ ਸਰੀਰਕ ਦੁੱਖ ਨਹੀਂ ਸੀ? ਭਾਈ ਤਾਰੂ ਸਿੰਘ ਜੀ ਦੀ ਖੋਪੜੀ ਦਾ ਲਹਿਣਾ, ਕੀ ਇਹ ਸਰੀਰਕ ਦੁੱਖ ਨਹੀਂ ਸੀ? ਬੰਦ ਬੰਦ ਕੱਟੇ ਜਾਣੇ ਭਾਈ ਮਨੀ ਸਿੰਘ ਜੀ ਦੇ, ਕੀ ਇਹ ਸਰੀਰਕ ਦੁੱਖ ਨਹੀਂ ਸੀ? ਅੱਜ ਵੀ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਹੈ, ਲੰਬੇ ਸਮੇਂ ਤੋਂ ਬੈਠੇ ਹੈ, ਕੀ ਇਹ ਸਰੀਰਕ ਦੁੱਖ ਨਹੀਂ? ਸਰੀਰਕ ਦੁੱਖ ਤੇ ਕੀ ਉਹ ਵਾਹਿਗੁਰੂ ਨਾਲ ਟੁੱਟੇ ਨੇ, ਕੀ ਉਹ ਈਸ਼ਵਰ ਨਾਲ ਟੁੱਟੇ ਨੇ ਕਿ ਉਹਨਾਂ ਨੂੰ ਸਰੀਰਕ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਜਾਂ ਪੈ ਰਿਹਾ? ਨਹੀਂ ਸਤਸੰਗ, ਦੁੱਖ ਜਿਹੜਾ ਹੁੰਦਾ ਨਾ ਇਹ ਮਹਿਸੂਸ ਕਰਨ ਦਾ ਹੁੰਦਾ, ਮਹਿਸੂਸ ਕਰਨ ਦਾ। ਜੇ ਤਾਂ ਅਸੀਂ ਮਹਿਸੂਸ ਕਰ ਲਿਆ
ਤੇ ਦੁੱਖ ਹੈ। ਜੇ ਅਸੀਂ ਮਹਿਸੂਸ ਨਾ ਕੀਤਾ ਤੇ ਉਹ ਦੁੱਖ ਨਹੀਂ ਹੈ, ਪਰ ਮਹਿਸੂਸ ਉਹ ਜੀਵ ਨਹੀਂ ਕਰਦਾ ਜਿਹੜਾ ਪਰਮੇਸ਼ਵਰ ਨਾਲ ਜੁੜਿਆ ਹੁੰਦਾ, ਵਾਹਿਗੁਰੂ ਨਾਲ ਜੁੜਿਆ ਹੁੰਦਾ। ਤੇ ਜਿਹੜਾ ਵਾਹਿਗੁਰੂ ਨਾਲ ਜੁੜਿਆ ਉਹ ਦੁੱਖ ਨੂੰ ਦੁੱਖ ਮਹਿਸੂਸ ਨਹੀਂ ਕਰਦਾ, ਤੇ ਜਿਹੜਾ ਦੁੱਖ ਨੂੰ ਦੁੱਖ ਮਹਿਸੂਸ ਨਹੀਂ ਕਰਦਾ ਉਹਦੇ ਲਈ ਦੁੱਖ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੈ, ਇੱਕ ਬਰਾਬਰ ਹੈ। ਇਹੋ ਹੀ ਕਾਰਨ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਕਿਹਾ, ਤੇਰਾ ਕੀ ਆ ਮਿੱਠਾ ਰੰਗ, ਪਰ ਤੇਰੇ ਕੀਤੇ ਨੂੰ ਅਸੀਂ ਮਿੱਠਾ ਕਰਕੇ ਮੰਨਦੇ, ਤੇਰੇ ਪਾਣੀ ਨੂੰ ਸਤ ਕਰਕੇ ਮੰਨਦੇ। ਇੱਕ ਗੁਰਬਾਣੀ ਚ ਐਗਜ਼ਾਮਪਲ ਮਿਲਦੀ ਹੈ ਸਾਨੂੰ, ਬੜੀ ਵਧੀਆ ਸੋਹਣੀ ਉਦਾਹਰਣ ਹੈ ਉਹ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਬੈਠੀ ਹੈ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਹੀਂ ਹੋਏਗੀ, ਲੇਕਿਨ ਜਿਹੜੇ ਬਜ਼ੁਰਗ ਪਿੰਡਾਂ 'ਚੋਂ ਆਏ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਇਲਮ ਹੋਏਗਾ ਕਿ ਸਾਉਣ ਦੇ ਵਿੱਚ ਬਾਰਿਸ਼ਾਂ ਪੈਂਦੀਆਂ, ਭਾਦਰੋਂ ਦੇ ਵਿੱਚ ਤ੍ਰਾਟਕ ਪੈਂਦਾ, ਹੁੰਬਸ ਬਹੁਤ ਹੋ ਜਾਂਦੀ ਪੰਜਾਬ ਦੇ ਅੰਦਰ, ਕਦੇ ਕਦੇ ਬਾਰਿਸ਼ ਹੁੰਦੀ। ਜਦੋਂ ਬਾਰਿਸ਼ ਆਉਂਦੀ ਤੇ ਉਦੋਂ ਜ਼ਮੀਨ ਗਿੱਲੀ ਹੋ ਜਾਂਦੀ, ਤੇ ਗਿੱਲੀ ਜ਼ਮੀਨ ਦੇ ਉੱਤੇ ਜਦੋਂ ਪਸ਼ੂ ਚਰਦੇ ਆ ਤਾਂ ਪਸ਼ੂਆਂ ਦੇ ਪੈਰਾਂ ਦੇ ਨਾਲ ਜ਼ਮੀਨ ਦੇ ਉੱਤੇ ਗਿੱਲੀ ਮਿੱਟੀ ਦੇ ਉੱਤੇ ਡੂੰਘ ਪੈ ਜਾਂਦੀ, ਛੋਟੇ ਛੋਟੇ ਟੋਏ ਨਿਸ਼ਾਨ ਕਦਮਾਂ 'ਚ। ਜਦੋਂ ਧੁੱਪ ਆਉਂਦੀ ਫਿਰ ਉਹ ਮਿੱਟੀ ਸੁੱਕ ਜਾਂਦੀ ਤੇ ਉਹ ਨਿਸ਼ਾਨ ਪੱਕ ਜਾਂਦੇ, ਫਿਰ ਜਦੋਂ ਬਾਰਿਸ਼ ਪੈਂਦੀ ਤੇ ਉਹ ਪੱਕੇ ਹੋਏ ਨਿਸ਼ਾਨ ਜਿਹੜੇ ਆ ਉਹ ਪਾਣੀ ਨਾਲ ਭਰ ਜਾਂਦੇ। ਐਸਾ ਹੀ ਅਸੀਂ ਦੇਖਦੇ ਸੀ, ਗਿੱਲੀ ਮਿੱਟੀ ਦੇ ਉੱਤੇ ਇੱਕ ਬੱਚੇ ਦੇ ਪੈਰ ਦੇ ਨਾਲ ਡੂੰਘ ਬਣ ਗਏ, ਗਾਂ ਦਾ ਬੱਚਾ, ਗਾਂ ਦੇ ਬੱਚੇ ਦੇ ਪੈਰ ਦੇ ਨਾਲ ਗਿੱਲੀ ਮਿੱਟੀ ਦੇ ਉੱਤੇ ਇੱਕ ਡੂੰਘ ਬਣ ਗਈ। ਉਹ ਡੂੰਘ ਕਿੰਨੀ ਕੁ ਡੂੰਘੀ ਹੋਏਗੀ, ਉਹ ਖੱਡਾ ਉਹ ਟੋਆ ਕਿੰਨਾ ਕੁ ਡੂੰਘਾ ਹੋਏਗਾ, ਛੋਟਾ ਜਿਹਾ ਹਾਫ ਇੰਚ ਜਾਂ ਇੱਕ ਇੰਚ, ਸੁੱਕ ਗਿਆ ਫਿਰ ਪਾਣੀ ਭਰ ਗਿਆ ਉਹਦੇ 'ਚ। ਹੁਣ ਉੱਥੋਂ ਦੋ ਤਿੰਨ ਮਨੁੱਖ ਲੰਘੇ ਜਾਂਦੇ ਨੇ, ਉਹਨਾਂ ਦੇ ਰਾਹ ਦੇ ਵਿੱਚ ਉਹ ਟੋਆ ਆ ਗਿਆ ਛੋਟਾ ਜਿਹਾ ਪਾਣੀ ਨਾਲ ਭਰਿਆ, ਤੇ ਜਦੋਂ ਉਹਨਾਂ ਨੇ ਪਾਰ ਕਰਨਾ ਹੈ ਕਿ ਉਹਨਾਂ ਨੂੰ ਕੋਈ ਕਸ਼ਟ ਹੁੰਦਾ, ਉਹਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਟੋਆ ਸੀ ਪਾਣੀ ਨਾਲ ਭਰਿਆ। ਇੱਕ ਕੀੜੀ ਵਾਸਤੇ ਤਾਂ ਪਾਰ ਕਰਨਾ ਬਹੁਤ ਔਖਾ ਹੈ, ਪੰਜਾਬੀਆਂ ਦੀ ਇੱਕ ਕਹਾਵਤ ਵੀ ਹੈ ਨਾ ਕਿ ਕੀੜੀ ਨੂੰ ਠੂਠਾ ਜਿਹੜਾ ਉਹ ਦਰਿਆ ਲੱਗਦਾ, ਕੀੜੀ ਲਈ ਠੂਠਾ ਜਿਹੜਾ ਨਾ ਪਾਣੀ ਦਾ ਭਰਿਆ ਉਹ ਦਰਿਆ ਲੱਗਦਾ, ਉਹਦੇ ਲਈ ਤਾਂ ਠੂਠਾ ਦਰਿਆ ਹੈ, ਕਿਉਂਕਿ ਕੀੜੀ ਦੀ ਹੈਸੀਅਤ ਬਹੁਤ ਛੋਟੀ ਹੈ ਤੇ ਠੂਠੇ ਦਾ ਪਾਣੀ ਬਹੁਤ ਵੱਡਾ, ਇਸ ਕਰਕੇ ਉਹਨੂੰ ਦਰਿਆ ਲੱਗਦਾ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨੁੱਖ ਅਕਾਲ ਪੁਰਖ ਨਾਲ ਜੁੜਿਆ ਨਾ, ਬਾਣੀ ਪੜ੍ਹਦਾ ਹੈ, ਸੇਵਾ ਸਿਮਰਨ ਦੇ ਨਾਲ ਜੁੜਿਆ ਹੈ, ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਹ ਪਾਣੀ ਦਾ ਜਿਹੜਾ ਨਿੱਕਾ ਜਿਹਾ ਟੋਆ ਹੈ ਨਾ ਉਹ ਦੁੱਖ ਦੇ ਸਮਾਨ ਹੈ, ਉਹਨੂੰ ਉਲੰਘਦਿਆਂ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਉਹ ਗੁਜ਼ਰ ਗਿਆ। ਜੈਸੇ ਬਾਛਲ ਖੋਰ, ਗੁਰਬਾਣੀ ਦੇ ਵਿੱਚ ਐਗਜ਼ਾਮਪਲ ਦਿੱਤੀ ਹੈ ਕਿ ਜੈਸੇ ਬਾਛਲ ਖੋਰ, ਜਿਹੜੇ ਬੱਚੇ ਦੇ ਖੁਰ ਦੇ ਵਿੱਚ ਪਾਣੀ ਨੂੰ ਭਰਿਆ ਹੈ, ਇੱਕ ਮਨੁੱਖ ਨੂੰ ਉਹਨੂੰ ਉਲੰਘਦਿਆਂ ਪਤਾ ਨਹੀਂ ਲੱਗਦਾ ਮੈਂ ਕਿਹੜੇ ਵੇਲੇ ਉਲੰਘ ਗਿਆ। ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਹੈ, ਆਪਣੀ ਵਾਹਿਗੁਰੂ ਨਾਲ ਜੁੜਿਆ ਹੈ, ਉਹਦੇ ਸੇਵਾ ਸਿਮਰਨ ਦੇ ਨਾਲ ਜੁੜਿਆ, ਬੰਦਗੀ ਨਾਲ ਜੁੜਿਆ ਹੈ, ਉਸ ਨੂੰ ਛੋਟੇ ਛੋਟੇ ਜਿਹੜੇ ਦੁੱਖ ਹੈ ਉਹ ਪਾਰ ਕਰਦੇ ਹਾਂ ਪਤਾ ਨਹੀਂ ਲੱਗਦਾ। ਜਿਹੜਾ ਨਹੀਂ
ਦੇਖੋ ਕਿੰਨੀ ਕਮਾਲ ਦੀ ਗੱਲ, ਜਿਹੜਾ ਅਕਾਲ ਪੁਰਖ ਦੀ ਬੰਦਗੀ ਸੇਵਾ ਭਾਵਨਾ ਨਾਲ ਜੁੜਿਆ ਹੈ, ਉਸ ਨੂੰ ਪਹਾੜ ਜਿਹੜੇ ਦੁੱਖ ਜਿਹੜੇ ਨੇ ਉਹ ਨਿੱਕੇ ਨਿੱਕੇ ਪੱਥਰਾਂ ਜਿਹੜੇ ਲੱਗਦੇ ਨੇ ਔਰ ਉਹ ਪਾਰ ਕਰ ਜਾਂਦੇ ਆ, ਤੇ ਜਿਹੜੇ ਵਾਹਿਗੁਰੂ ਤੋਂ ਟੁੱਟੇ ਆ ਉਹਨਾਂ ਨੂੰ ਨਿੱਕੇ ਨਿੱਕੇ ਦੁੱਖ ਪਹਾੜਾਂ ਜਿਹੜੇ ਲੱਗਦੇ ਆ ਔਰ ਪਾਰ ਕਰਦੇ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ। ਇਹ ਫਰਕ ਹੈ, ਇੱਕ ਗੁਰਮੁਖ ਹੈ, ਇੱਕ ਸਾਧ ਸੰਗਤ ਜੀ ਗੁਰਮੁਖ ਹੈ। ਗੁਰਮੁਖ ਨੂੰ ਪਹਾੜ ਜਿਹੜੇ ਦੁੱਖ ਜਿਹੜੇ ਨੇ ਉਹ ਨਿੱਕੇ ਨਿੱਕੇ ਪੱਥਰਾਂ ਜਿਹੜੇ ਲੱਗਦੇ ਆ, ਮਨਮੁਖ ਨੂੰ ਨਿੱਕੇ ਨਿੱਕੇ ਪੱਥਰਾਂ ਜਿਹੜੇ ਦੁੱਖ ਜਿਹੜੇ ਨੇ ਉਹ ਪਹਾੜ ਜਿਹੜੇ ਲੱਗਦੇ ਆ। ਇਹ ਫਰਕ ਹੈ ਗੁਰਮੁਖ ਤੇ ਮਨਮੁਖ ਦੇ ਵਿੱਚ। ਸਾਡਾ ਫਲਸਫਾ ਹੈ, ਇਹ ਸਾਨੂੰ ਸਮਝ ਦਿੰਦਾ ਹੈ। ਅੱਜ ਦੇ ਮਨੁੱਖੀ ਮਨਾਂ ਦੀਆਂ ਭਟਕਣਾਵਾਂ ਨੇ, ਮਨੁੱਖੀ ਮਨਾਂ ਦੀਆਂ ਜਿਹੜੀਆਂ ਭਟਕਣਾਵਾਂ ਨੇ, ਇਹਨਾਂ ਭਟਕਣਾਵਾਂ ਨੂੰ ਗੁਰਬਾਣੀ ਜਿਹੜੀ ਹੈ ਉਹ ਸ਼ਾਂਤ ਕਰਨ ਦੇ ਸਕਸ਼ਮ ਹੈ, ਸਮਰੱਥ ਹੈ, ਤੇ ਬਾਣੀ ਨੂੰ ਆਪਣੇ ਜੀਵਨ ਦਾ ਅਸੀਂ ਹਿੱਸਾ ਬਣਾ ਕੇ ਦੇਖੀਏ, ਹਿੱਸਾ ਬਣਾ ਕੇ ਦੇਖੀਏ। ਸਾਨੂੰ ਸਮਝਾਉਂਦੇ ਨੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਦਸੇ ਪਾਤਸ਼ਾਹਾਂ ਦਾ ਜਿਹੜਾ ਜੀਵਨ ਹੈ ਨਾ, ਉਹ ਗੁਰਬਾਣੀ ਬੇਸਡ ਹੈ। ਇਸ ਕਰਕੇ ਉਹਨਾਂ ਦਾ ਜੀਵਨ ਵਰਤਾਂਤ ਜਿਹੜਾ ਹੈ ਉਹ ਵੀ ਸਾਡੇ ਲਈ ਇੱਕ ਮਾਰਗ ਦਰਸ਼ਕ ਹੈ, ਮਾਰਗ ਦਰਸ਼ਕ। ਪੜ੍ਹ ਕੇ ਦੇਖੀਏ ਇਤਿਹਾਸ, ਅਸੀਂ ਆਪਣਾ ਗੁਰਬਾਣੀ ਨੂੰ ਪੜ੍ਹ ਕੇ ਦੇਖੀਏ, ਸਮਝ ਕੇ ਦੇਖੀਏ। ਇਹ ਇੱਕ ਸਾਡੀ ਸਮੱਸਿਆ ਹੈ, ਪ੍ਰੋਬਲਮ ਹੈ ਕਿ ਅਸੀਂ ਬਾਣੀ ਜਿਹੜੀ ਹੈ, ਗੁਰਬਾਣੀ ਦੇ ਜਿਹੜੇ ਬੇਸਿਕ ਸਿਧਾਂਤ ਹੈ ਉਹਨਾਂ ਨੂੰ ਸਮਝ ਨਹੀਂ ਰਹੇ। ਅੱਜ ਸਾਡੀ ਪ੍ਰੋਬਲਮ ਪਤਾ ਕੀ ਹੈ, ਇੱਕ ਹੈ ਜ਼ਿੰਮੇਵਾਰੀ, ਫਰਜ਼ ਕਹਿ ਲਓ, ਔਰ ਇੱਕ ਹੁੰਦਾ ਹੱਕ। ਜਿਹੜਾ ਬੰਦਾ ਆਪਣਾ ਫਰਜ਼ ਨਿਭਾਉਂਦਾ ਹੈ ਉਹਦੇ ਕੁਝ ਹੱਕ ਵੀ ਹੁੰਦੇ ਨੇ ਜਿਹੜੇ ਮੰਨੇ ਜਾਣੇ ਚਾਹੀਦੇ ਆ। ਤੁਸੀਂ ਇਸ ਮੁਲਕ ਦੇ ਅੰਦਰ ਰਹਿੰਦੇ ਹੋ, ਇਸ ਮੁਲਕ ਦੀ ਗਵਰਨਮੈਂਟ ਨੇ ਤੁਹਾਡੇ ਲਈ ਕੁਝ ਫਰਜ਼ ਆਇਦ ਕੀਤੇ ਨੇ ਕਿ ਤੁਸੀਂ ਟੈਕਸ ਪੇ ਕਰਨਾ ਹੈ, ਤੁਸੀਂ ਆਹ ਰੂਲ ਮੰਨਣਾ ਹੈ, ਤੁਸੀਂ ਆਹ ਰੂਲ ਮੰਨਣਾ ਹੈ, ਤੁਸੀਂ ਆਹ ਰੂਲ ਮੰਨਣਾ। ਤੇ ਫਿਰ ਇਹ ਗਵਰਨਮੈਂਟ ਜਿਹੜੀ ਆ ਬਦਲੇ ਦੇ ਵਿੱਚ ਤੁਹਾਨੂੰ ਕੁਝ ਸੁੱਖ ਸਹੂਲਤਾਂ ਦਾ ਅਧਿਕਾਰ ਵੀ ਦਿੰਦੀ ਹੈ, ਇੰਡੀਆ ਦੇ ਪੈਰਲਲ। ਭਾਰਤ ਦੇ ਵਿੱਚ ਕੀ ਸਮੱਸਿਆ, ਉੱਤੇ ਫਰਜ਼ ਮੰਨਣ ਤੋਂ ਇਨਕਾਰੀ, ਲੇਕਿਨ ਹੱਕ ਅਸੀਂ ਉਹ ਪਾਲਦੇ ਹਾਂ ਜਿਹੜੇ ਪੱਛਮੀ ਮੁਲਕਾਂ 'ਚ ਮਿਲਦੇ। ਇਸੇ ਤਰ੍ਹਾਂ ਕੌਮੀ ਤੌਰ ਦੇ ਉੱਤੇ ਸਾਡਾ ਫਰਜ਼ ਕੀ ਹੈ, ਸਾਡਾ ਫਰਜ਼ ਇਹ ਹੈ ਕਿ ਅਸੀਂ ਗੁਰਬਾਣੀ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨੀਏ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਸਾਡਾ ਫਰਜ਼ ਹੈ, ਇਹ ਫਰਜ਼ ਆਇਦ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਸਾਡਾ ਫਰਜ਼ ਕੀ ਹੈ, ਅਸੀਂ ਆਪਸ ਦੇ ਵਿੱਚ ਪ੍ਰੇਮ ਭਾਵ ਦੇ ਨਾਲ ਰਹਿਣਾ ਹੈ। ਇਹ ਫਰਜ਼ ਕਿਹਨੇ ਆਇਦ ਕੀਤਾ ਸਾਡੇ ਲਈ, ਇਹ ਗੁਰੂ ਨੇ ਆਇਦ ਕੀਤਾ, ਗੁਰੂ ਨੇ ਆਇਦ ਕੀਤਾ ਸਾਡੇ ਲਈ, ਪਰ ਅਸੀਂ ਇਹ ਫਰਜ਼ ਤਾਂ ਨਿਭਾਉਣ ਲਈ ਤਿਆਰ ਨਹੀਂ ਹਾਂ। ਇਹ ਹੱਕ ਅਸੀਂ ਕਹਿੰਦੇ ਕਿ ਸਾਨੂੰ ਸਾਰੇ ਹੀ ਮਿਲਣੇ ਚਾਹੀਦੇ, ਸਾਨੂੰ ਸਾਰੇ ਮਿਲਣੇ ਚਾਹੀਦੇ, ਦੋ ਗੱਲਾਂ ਨਹੀਂ ਹੁੰਦੀਆਂ।
ਅਸੀਂ ਗੁਰੂ ਦੇ ਹੋ ਜਾਈਏ, ਗੁਰੂ ਫਿਰ ਸਾਡੇ ਹੱਕਾਂ ਦੀ ਆਪੇ ਪੂਰਤੀ ਕਰੇਗਾ, ਕੋਈ ਨਾ ਕੋਈ ਵਿਧ ਬਣਾਏਗਾ। ਗੁਰੂ ਕੋਈ ਨਾ ਕੋਈ ਵਿਧ ਬਣਾਏਗਾ। ਮੁਗਲ ਸਾਮਰਾਜ ਬੜਾ ਸ਼ਕਤੀਸ਼ਾਲੀ ਸਾਮਰਾਜ ਸੀ, ਜਿਹਦੇ ਨਾਲ ਸਿੱਖ ਭਿੜੇ, ਬੜਾ ਸ਼ਕਤੀਸ਼ਾਲੀ। ਅੱਜ ਦਾ ਪਾਕਿਸਤਾਨ, ਅੱਜ ਦਾ ਬੰਗਲਾਦੇਸ਼, ਅੱਜ ਦਾ ਨੇਪਾਲ ਮੁਗਲ ਸਾਮਰਾਜ ਦਾ ਹਿੱਸਾ ਸੀ। ਸਾਊਥ ਦੇ ਵਿੱਚ ਰਿਆਸਤਾਂ ਸੀ ਛੋਟੀਆਂ ਛੋਟੀਆਂ, ਲੇਕਿਨ ਪੰਜਾਬ ਦਾ ਜਿਹੜਾ ਇਲਾਕਾ ਹੈ ਨਾ, ਅਟਕ ਤੋਂ ਲੈ ਕੇ ਯਮੁਨਾ ਦਰਿਆ ਤੱਕ ਪੰਜਾਬ ਦਾ ਜਿਹੜਾ ਇਲਾਕਾ ਹੈ, ਇਹ ਡਾਇਰੈਕਟ ਮੁਗਲ ਸਾਮਰਾਜ ਦੇ ਅੰਡਰ ਸੀ। ਡਾਇਰੈਕਟ ਇੱਥੇ ਜਿੰਨੀਆਂ ਵੀ ਰਿਆਸਤਾਂ ਸੀ, ਚਾਹੇ ਰਿਆਸਤ ਸਰਹੰਦ ਸੀ, ਚਾਹੇ ਰਿਆਸਤ ਪੇਸ਼ਾਵਰ ਸੀ, ਚਾਹੇ ਰਿਆਸਤ ਲਾਹੌਰ ਸੀ, ਸੂਬੇ ਕਹਿ ਦਿੰਦੇ ਸੀ, ਸੂਬਾ ਸਰਹੰਦ, ਸੂਬਾ ਮੁਲਤਾਨ, ਸੂਬਾ ਪੇਸ਼ਾਵਰ, ਸੂਬਾ ਸਿੰਧ, ਇਹ ਡਾਇਰੈਕਟ ਮੁਗਲ ਸਾਮਰਾਜ ਦੇ ਅਧੀਨ ਸੀ। ਮੁਗਲ ਸਾਮਰਾਜ ਦੇ ਅਧੀਨ ਔਰ ਅਸੀਂ ਲੜੇਗੀ ਦੇ ਨਾਲ ਇਸ ਸਾਮਰਾਜ ਦੇ ਨਾਲ ਲੜੇ, ਮੁਗਲ ਸਾਮਰਾਜ ਦੇ ਨਾਲ ਲੜੇ, ਔਰ ਮੁਗਲ ਸਾਮਰਾਜ ਨੇ ਵੀ ਸਾਡੇ ਨਾਲ ਘੱਟ ਨਹੀਂ ਗੁਜ਼ਾਰੀ, ਸਿਰਾਂ ਦੇ ਮੁੱਲ ਪਾਏ ਹੋਣੇ, ਸਾਡੇ ਦੁਸ਼ਮਣ ਪਾਉਂਦੇ ਹੀ। ਪਰ ਸਿੱਖ ਕਦੇ ਵੀ ਹਾਰੇ ਨਹੀਂ, ਕਿਉਂ? ਕਿਉਂਕਿ ਸਿੱਖਾਂ ਨੇ ਸਿੱਧ ਕਦੇ ਛੱਡਿਆ, ਸਿੱਖਾਂ ਨੇ ਸਿੱਧ ਕਦੇ ਛੱਡਿਆ, ਗੁਰੂ ਤੋਂ ਆਪਣਾ ਭਰੋਸਾ ਨਹੀਂ ਛੱਡਿਆ, ਗੁਰੂ ਤੋਂ ਆਪਣਾ ਭਰੋਸਾ ਨਹੀਂ ਛੱਡਿਆ। ਕਈ ਘਟਨਾਵਾਂ ਦਾ ਜ਼ਿਕਰ ਮਿਲ ਜਾਂਦਾ ਹੈ ਇਤਿਹਾਸ ਦੇ ਅੰਦਰ, ਕਿਰ ਗਏ ਸਿੱਖ। ਆਪਾਂ ਆਮ ਤੌਰ 'ਤੇ ਦੇਖਦੇ ਕਿ ਵੱਡੇ ਘੱਲੂਘਾਰਾ ਅਤੇ ਛੋਟਾ ਘੱਲੂਘਾਰਾ, ਮੁਗਲ ਕਾਲ ਦੇ ਵਿੱਚ ਦੋ ਘੱਲੂਘਾਰੇ ਹੋਏ ਨੇ, ਛੋਟਾ ਅਤੇ ਵੱਡਾ, ਜਿੱਥੇ ਸਿੱਖ ਘਰੇ ਹੈ, ਬੱਚਿਆਂ, ਇਸਤਰੀਆਂ, ਬਜ਼ੁਰਗਾਂ ਦੀ ਸਹਿਤ। ਅਤੇ ਘਿਰੇ ਹੋਏ ਸਿੱਖਾਂ ਨੂੰ ਜਾਂ ਘਿਰੇ ਹੋਏ ਸਿੱਖਾਂ ਦੇ ਬੱਚੇ ਜਦੋਂ ਆਪਣੀਆਂ ਮਾਵਾਂ ਨੂੰ ਪੁੱਛਦੇ ਕਿ ਮਾਂ ਹੁਣ ਸਾਡਾ ਕੀ ਬਣੂਗਾ, ਘਿਰ ਲਿਆ ਆਪਾਂ ਨੂੰ ਤਾਂ ਸਾਰਿਆਂ ਨੇ ਚਾਰੋਂ ਤਰਫੋਂ, ਅਤੇ ਮਾਂ ਨੇ ਬੱਚਿਆਂ ਨੂੰ ਕਿਹਾ ਕਿ ਬੱਚੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ, ਆਪਾਂ ਇਸ ਘੇਰੇ ਚੋਂ ਬਾਹਰ ਨਿਕਲ ਜਾਣਾ। ਮਾਂ ਕੌਣ ਕੱਢੂਗਾ ਬਾਹਰ? ਆਪਣਾ ਗੁਰੂ ਕੱਢੂਗਾ, ਆਪਣਾ ਗੁਰੂ ਆਪਣੇ ਅੰਗ ਸੰਗ ਹੈ, ਤੇ ਗੁਰੂ ਬਹੁਤ ਸਮਰੱਥ ਹੈ, ਬਹੁਤ ਸ਼ਕਤੀਸ਼ਾਲੀ ਹੈ। ਆਪਣੇ ਗੁਰੂ ਦੇ ਸਾਹਮਣੇ ਤਾਂ ਇਹ ਮੁਗਲ ਕੁਝ ਵੀ ਨਹੀਂ। ਬੱਚਿਆਂ 'ਚ ਹੌਸਲਾ, ਬੱਚਿਆਂ 'ਚ ਜਾਨ ਆਉਣੀ, ਠੀਕ ਹੈ, ਹੌਸਲਾ ਨਹੀਂ ਹਾਰਨਾ। ਅਤੇ ਅੱਜ ਕੀ ਹੋ ਰਿਹਾ? ਅੱਜ ਗੁਰੂ ਨੂੰ ਅਸਮਰੱਥ ਬਣਾ ਕੇ ਪੇਸ਼ ਕਰਨ ਦਾ ਯਤਨ ਹੋ ਰਿਹਾ, ਵੀ ਗੁਰੂ ਤਾਂ ਅਸਮਰੱਥ ਹੀ ਹੋਣੀ, ਅਤੇ ਫਿਰ ਆਸਰਾ ਕਿਹਦਾ ਤੱਕਾਂਗੇ ਅਸੀਂ, ਸਾਡੇ ਬੱਚੇ ਕਿਹਦਾ ਆਸਰਾ ਤੱਕਣਗੇ ਜੇ ਤੁਸੀਂ ਕਹਿੰਦੇ ਗੁਰੂ ਤਾਂ ਅਸਮਰਾਥੀ ਸਮਰਾਥੀ ਆ, ਗੁਰੂ ਆ ਨਹੀਂ ਕਰ ਸਕਦਾ, ਗੁਰੂ ਨੇ ਆਹ ਨਹੀਂ ਕੀਤਾ, ਗੁਰੂ ਨੇ ਆਹ ਨਹੀਂ ਕੀਤਾ, ਗੁਰੂ ਨੇ ਆਹ ਨਹੀਂ ਕੀਤਾ। ਬੜੀਆਂ ਘਾਤਕ ਹੈ ਗੱਲਾਂ, ਅੱਜ ਨਹੀਂ ਲੱਗਦੀਆਂ ਸਾਨੂੰ ਘਾਤਕ, ਅੱਜ ਅਸੀਂ ਬੜੇ ਚਟਕਾਰੇ ਲੈ ਕੇ ਸੁਣ ਰਹੇ ਹਾਂ, ਲੇਕਿਨ ਭਵਿੱਖ ਦੇ ਵਿੱਚ ਬੜੀਆਂ ਘਾਤਕ ਹੈ ਸਾਡੇ ਵਾਸਤੇ ਇਹ ਗੱਲਾਂ। ਅੱਜ ਤਾਂ ਅਸੀਂ ਬੱਲੇ ਬੱਲੇ ਕਰ ਰਹੇ ਹਾਂ, ਵਾਹ ਵਾਹ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ? ਸ਼ਾਇਦ ਕਮਿਊਨਿਸਟਾਂ ਦਾ ਲਿਟਰੇਚਰ ਪੜ੍ਹ ਲਿਆ, ਜਿਹੜਾ ਪਦਾਰਥਵਾਦੀ ਫਲਸਫੇ ਦੀ ਅਹਿਮੀਅਤ ਨੂੰ ਪ੍ਰਵਾਨ ਕਰਦਾ ਹੈ।
ਜਿਹੜਾ ਪਦਾਰਥਵਾਦੀ ਫਲਸਫੇ ਦੀ ਅਹਿਮੀਅਤ ਨੂੰ ਪ੍ਰਵਾਨ ਕਰਦਾ ਹੈ ਔਰ ਜਿਸ ਨੂੰ ਮੰਨਣ ਵਾਲੀਆਂ ਹਕੂਮਤਾਂ ਚੱਕਣਾ ਚੂਰ ਹੋ ਚੁੱਕੀਆਂ ਨੇ, ਚੱਕਣਾ ਚੂਰ ਟੁਕੜੇ ਟੁਕੜੇ ਹੋ ਚੁੱਕੀਆਂ ਨੇ ਉਸ ਫਲਸਫੇ ਨੂੰ ਮੰਨਣ ਵਾਲੀਆਂ ਹਕੂਮਤਾਂ, ਤੇ ਸਾਡੇ ਸਿਰ ਅਜੇ ਵੀ ਮੜਨ ਦਾ ਯਤਨ ਹੋ ਰਿਹਾ ਘਸੇ ਪਿੱਟੇ ਫਲਸਫੇ ਦਾ। ਸਾਡਾ ਆਪਣਾ ਜਿਹੜਾ ਫਲਸਫਾ ਹੈ, ਗੁਰਮਤ ਦਾ ਜਿਹੜਾ ਫਲਸਫਾ ਹੈ, ਬਹੁਤ ਮਹਾਨ ਹੈ। ਕਾਰਲ ਮਾਰਕਸ ਜਿਹੜਾ ਪਿਤਾਮਾ ਮੰਨਿਆ ਜਾਂਦਾ ਕਮਿਊਨਿਸਟਾਂ ਦਾ, ਉਹ ਬਰਾਬਰੀ ਦੀ ਗੱਲ ਕਰਦਾ ਹੈ, ਬਰਾਬਰੀ ਦੀ ਗੱਲ ਕਰਦਾ, ਪਰ ਬਰਾਬਰੀ ਦੀ ਗੱਲ ਕਰਦਾ ਕਿਵੇਂ ਹੈ ਪਤਾ ਕਿਵੇਂ ਕਰਦਾ? ਉਹ ਕਹਿੰਦਾ ਇੱਕ ਮਨੁੱਖ ਛੋਟਾ ਇੱਕ ਵੱਡਾ, ਦੋਨਾਂ ਨੂੰ ਬਰਾਬਰ ਹੋਣਾ ਚਾਹੀਦਾ। ਕਿਵੇਂ ਬਰਾਬਰ ਹੋਣਾ ਚਾਹੀਦਾ? ਕਹਿੰਦੇ ਜਿਹੜਾ ਵੱਡਾ ਹੈ ਨਾ ਉਹਨੂੰ ਕੱਟ ਕੇ ਛੋਟੇ ਦੇ ਬਰਾਬਰ ਕਰ ਦਿਓ। ਇਹੋ ਹੀ ਕਹਿੰਦਾ ਫਲਸਫਾ ਮਾਰਕਸ ਦਾ ਕਿ ਇੱਕ ਅਮੀਰ ਹੈ ਇੱਕ ਗਰੀਬ ਹੈ, ਗਰੀਬ ਦਾ ਖੋਹ ਕੇ ਮਾਫ ਕਰਨਾ, ਅਮੀਰ ਦਾ ਖੋਹ ਕੇ ਗਰੀਬ ਨੂੰ ਦੇ ਦਿਓ, ਵੱਡੇ ਨੂੰ ਕੱਟ ਕੇ ਛੋਟੇ ਦੇ ਬਰਾਬਰ ਕਰ ਦਿਓ, ਫਿਰ ਸਮਾਜ ਦੇ ਵਿੱਚ ਬਰਾਬਰੀ ਆ ਜਾਏ। ਇਹੋ ਹੀ ਕਹਿੰਦਾ ਨਾ ਉਹਨਾਂ ਦਾ ਫਲਸਫਾ। ਤੇ ਸਾਡਾ ਫਲਸਫਾ ਕੀ ਕਹਿੰਦਾ? ਸਾਡਾ ਫਲਸਫਾ ਵੀ ਕਹਿੰਦਾ ਵੀ ਬਰਾਬਰ ਹੋਣੇ ਚਾਹੀਦੇ ਆ ਸਮਾਜ ਦੇ ਅੰਦਰ। ਉਹਨਾਂ ਦਾ ਵੀ ਫਲਸਫਾ ਕਹਿੰਦਾ ਕਿ ਸਮਾਜ 'ਚ ਬਰਾਬਰੀ ਹੋਣੀ ਚਾਹੀਦੀ ਹੈ, ਸਾਡਾ ਫਲਸਫਾ ਵੀ ਕਹਿੰਦਾ ਕਿ ਸਮਾਜ 'ਚ ਬਰਾਬਰੀ ਹੋਣੀ ਚਾਹੀਦੀ ਹੈ। ਮਾਫ ਕਰਨਾ ਮਨੁੱਖਤਾ ਦਾ ਫਲਸਫਾ ਹੈ, ਸਾਡਾ ਵੀ ਨਹੀਂ ਹੈ ਮਨੁੱਖਤਾ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਪਰ ਗੁਰਬਾਣੀ ਦਾ ਫਲਸਫਾ ਸਾਨੂੰ ਇਹ ਸਮਝਾਉਂਦਾ ਹੈ ਕਿ ਜਿਹੜਾ ਵੱਡਾ ਹੈ ਉਹਨੂੰ ਕੱਟ ਕੇ ਛੋਟਾ ਨਹੀਂ ਕਰਨਾ, ਜਿਹੜਾ ਛੋਟਾ ਹੈ ਇਹਨੂੰ ਉਤਾਂਹ ਚੁੱਕ ਕੇ ਉਹਦੇ ਬਰਾਬਰ ਕਰ ਦੇਣਾ। ਭਾਵ ਲੋੜਵੰਦਾਂ ਦੀ ਮਦਦ ਕਰਨੀ ਹੈ, ਗਰੀਬਾਂ ਦੀ ਮਦਦ ਕਰੋ ਕਿ ਉਹਨੂੰ ਪੈਰਲਲ ਕਰ ਦਿਓ ਅਮੀਰ ਦੇ। ਖੂਬਸੂਰਤ ਫਲਸਫਾ ਸਾਡਾ, ਤੇ ਅਸੀਂ ਕਹਿੰਦੇ ਉਹੀ ਪਤਾ ਨਹੀਂ, ਬੜਾ ਮਹਾਨ ਫਲਸਫਾ ਹੈ, ਬੜਾ ਮਹਾਨ ਫਲਸਫਾ। ਤੇ ਉਸੇ ਫਲਸਫੇ ਦੀਆਂ ਗਾਹੇ ਬਗਾਹੇ ਜਿਹੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ। ਇਹ ਸਾਡਾ ਫਲਸਫਾ ਹੈ, ਇਹ ਪਰਿਪੂਰਨ ਫਲਸਫਾ ਹੈ। ਇਹ ਕਿਸੇ ਅਮੀਰ ਨੂੰ ਕੱਟਣ ਦੀ ਗੱਲ ਨਹੀਂ ਕਰਦਾ, ਇਹ ਗਰੀਬ ਦੀ ਮਦਦ ਕਰਨ ਦੀ ਗੱਲ ਕਰਦਾ, ਸਹਾਇਤਾ ਕਰਨ ਦੀ ਗੱਲ ਕਰਦਾ। ਉਹ ਅਮੀਰਾਂ ਨੂੰ ਕੱਟਣ ਦੀ ਗੱਲ ਕਰਦੇ ਆ, ਸਰਮਾਏਦਾਰਾਂ ਨੂੰ ਮਾਰਨ ਦੀ ਗੱਲ ਕਰਦੇ ਆ, ਪੂੰਜੀਪਤੀਆਂ ਨੂੰ ਖਤਮ ਕਰਨ ਦੀ ਗੱਲ ਕਰਦੇ ਆ। ਪਰ ਸਾਡਾ ਫਲਸਫਾ ਪੂੰਜੀਪਤੀਆਂ ਨੂੰ ਖਤਮ ਨਹੀਂ ਕਰਦਾ। ਸਾਡੇ ਫਲਸਫੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਨਸੁੱਖ ਵਰਗਿਆਂ ਦਾ ਸਤਿਕਾਰ ਕੀਤਾ ਹੈ, ਸਾਡੇ ਫਲਸਫੇ ਦੇ ਵਿੱਚ ਦੀਵਾਨ ਟੋਡਰਮੱਲ ਵਰਗਿਆਂ ਦਾ ਸਤਿਕਾਰ ਹੈ, ਸਾਡੇ ਫਲਸਫੇ ਦੇ ਵਿੱਚ ਸਾਲ ਗ੍ਰਾਮ ਸੰਗਲਾਦੀਪ ਦਾ ਜਿਹੜਾ ਰਾਜਾ ਸ਼ਿਵ ਨਾਮ ਉਹਨਾਂ ਦਾ ਸਤਿਕਾਰ ਹੈ, ਲਖੀ ਸ਼ਾਹ ਬੰਜਾਰਾ ਜੀ ਸਾਡੇ ਫਲਸਫੇ ਦੇ ਵਿੱਚ ਸਤਿਕਾਰੇ ਜਾਂਦੇ ਹੈ, ਬਾਬਾ ਮੱਖਣ ਸ਼ਾਹ ਜੀ ਲਵਾਣਾ ਸਾਡੇ ਫਲਸਫੇ ਦੇ ਵਿੱਚ ਸਤਿਕਾਰੇ ਜਾਂਦੇ ਹੈ। ਕੱਢਦਾ ਨਹੀਂ ਸਾਡਾ ਫਲਸਫਾ ਕਿਸੇ ਅਮੀਰ, ਸਤਿਕਾਰ ਦਿੰਦਾ ਜਿਹੜਾ ਧਰਮੀ ਹੁੰਦਾ ਹੈ, ਜਿਹੜਾ ਧਰਮੀ ਹੁੰਦਾ ਹੈ ਭਾਵੇਂ ਉਹ ਅਮੀਰ ਹੈ ਗਰੀਬ ਹੈ, ਸਾਡਾ ਫਲਸਫਾ ਸਤਿਕਾਰ ਦਿੰਦਾ ਹੈ। ਇਸ ਬਿਨਾਹ ਦੇ ਉੱਤੇ ਨਫ਼ਰਤ ਨਹੀਂ ਕਰਦਾ ਕਿ ਅਮੀਰ ਹੈ ਦੇ ਨਾਲ ਨਫ਼ਰਤ ਕੀਤੀ ਜਾਣੀ ਹੀ ਜ਼ਰੂਰੀ ਹੈ ਭਾਵੇਂ ਉਹ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ। ਇਹ ਹੈ ਸਾਡਾ ਫਲਸਫਾ, ਸਾਡਾ ਫਲਸਫਾ ਜਿਹੜਾ ਹੈ ਇਹ ਅਮੀਰਾਂ ਦੇ ਵਿਰੁੱਧ ਨਹੀਂ ਹੈ, ਇਹ ਮਲਕ ਭਾਗੋ ਵਰਗੇ ਅਮੀਰਾਂ ਦੇ ਖਿਲਾਫ ਜਿਹੜੇ ਲੁੱਟ ਦੇ ਨਾਲ ਆਪਣੀਆਂ ਕਮਜ਼ੋਰੀਆਂ ਭਰਦੇ ਉਹਨਾਂ ਦੇ ਜ਼ਰੂਰ ਖਿਲਾਫ ਹੈ। ਉਹਨਾਂ ਨੂੰ ਜ਼ਰੂਰ ਕਹਿੰਦਾ ਕਿ ਨਹੀਂ ਭਾਈ ਇਹ ਤੁਹਾਡਾ ਰਸਤਾ ਜਿਹੜਾ ਇਹ ਗਲਤ ਹੈ। ਸੋ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹ ਸਾਡਾ ਜਿਹੜਾ ਅਮੀਰ ਫਲਸਫਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ, ਇਹ ਦੁਨੀਆਂ ਦੀ ਅਗਵਾਈ ਕਰਨ ਦੇ ਸਮਰੱਥ ਹੈ। ਅੱਜ ਦੁਨੀਆਂ ਪਟਕ ਰਹੀ ਹੈ, ਤੁਸੀਂ ਤਾਂ ਬਹੁਤ ਗੈਰ ਸਿੱਖਾਂ ਦੇ ਵਿੱਚ ਵਿਚਰਦੇ ਹੋ, ਜਿਹੜੇ ਵੱਡੀਆਂ ਵੱਡੀਆਂ ਸਰੀਰਕ ਸਹੂਲਤਾਂ ਮਾਣਦੇ ਹੈ, ਕਦੀ ਉਹਨਾਂ ਦੇ ਨਾਲ ਵਿਚਰ ਕੇ ਦੇਖਿਓ ਕਿ ਕੀ ਉਹ ਸਕੂਨ ਦੀ ਜ਼ਿੰਦਗੀ ਜਿਉਂਦੇ ਆ।
ਪੈਸਾ ਸਰੀਰਕ ਸੁੱਖ ਦੇ ਸਕਦਾ ਹੈ ਪਰ ਮਾਨਸਿਕ ਸਕੂਨ ਨਹੀਂ ਦੇ ਸਕਦਾ, ਮਾਨਸਿਕ ਸਕੂਨ ਨਹੀਂ ਦੇ ਸਕਦਾ। ਪਰ ਅੱਜ ਦਾ ਦੌਰ ਐਸਾ ਹੈ ਕਿ ਸਰੀਰਕ ਸੁੱਖ ਲੈਣ ਲਈ ਅਸੀਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਯਤਨ ਕਰ ਰਹੇ, ਕਰਦੇ 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 ਅਸੀਂ ਮਾਨਸਿਕ ਸੁੱਖ ਤੋਂ ਵਿਹੀੜੇ ਹੋ ਗਏ ਹਾਂ, ਮਾਨਸਿਕ ਸੁੱਖ ਤੋਂ ਮਹਿਰੂਮ ਹੋ ਗਏ ਹਾਂ, ਜਿਹਦਾ ਨਤੀਜਾ ਇਹ ਨਿਕਲ ਰਿਹਾ ਕਿ ਅਸੀਂ ਆਪਸ ਦੇ ਵਿੱਚ ਹੀ ਲੜੀ ਜਾਂਦੇ, ਆਪਸ ਦੇ ਵਿੱਚ ਹੀ ਉਲਝ ਜਾਂਦੇ ਹਾਂ। ਤਾਂ ਸਭ ਤੋਂ ਵੱਡੀ ਜ਼ਰੂਰੀ ਗੱਲ ਜਿਹੜੀ ਇਹ ਹੋਈ ਹੈ ਕਿ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਔਰ ਦੱਸੀਏ ਅੱਜ ਦਾ ਜਿਹੜਾ ਨੌਜਵਾਨ ਹੈ ਨਾ, ਤੁਹਾਡੇ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਿਹਾ, ਬੜੀ ਅੱਛੀ ਇੰਗਲਿਸ਼ ਬੋਲਦਾ ਹੈ, ਉਹਨੂੰ ਬੇਨਤੀ ਹੈ ਕਿ ਪੜ੍ਹੋ, ਆਪਣਾ ਇਤਿਹਾਸ ਪੜ੍ਹੋ, ਬਾਣੀ ਪੜ੍ਹੋ, ਅਤੇ ਇੰਗਲਿਸ਼ ਦੇ ਵਿੱਚ ਤੁਸੀਂ ਇੱਥੋਂ ਦੇ ਲੋਕਾਂ ਨੂੰ ਦੱਸੋ ਕਿ ਆਹ ਸਾਡਾ ਸ਼ਾਨਮੱਤਾ ਇਤਿਹਾਸ ਹੈ, ਸਾਡਾ ਮਾਨਮੱਤਾ ਇਤਿਹਾਸ ਹੈ। ਅਸੀਂ ਕਹਿੰਦੇ ਹਾਂ ਪ੍ਰਚਾਰਕ ਐਂ ਕਰ ਰਹੇ ਹੈ, ਪ੍ਰਚਾਰਕ ਐਂ ਕਰ ਰਹੇ ਹੈ, ਪਰ ਮੈਂ ਕਹਿੰਦਾ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਹਰ ਸਿੱਖ ਨੂੰ ਪ੍ਰਚਾਰਕ ਬਣ ਜਾਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ। ਬੀਬੀ ਸਿੱਖੇ ਗੁਰਮਤ ਨੂੰ ਔਰ ਆਪਣੇ ਸਰਕਲ ਦੇ ਵਿੱਚ ਜਿੰਨੇ ਵੀ ਨੇ ਰਿਸ਼ਤੇਦਾਰ ਹੈ ਚਾਹੇ ਫਰੈਂਡ ਹੈ, ਉਹਨਾਂ ਨੂੰ ਕੁਝ ਨਾ ਕੁਝ ਕੁਝ ਨਾ ਕੁਝ ਛੋਟਾ ਇੱਕ ਦੋ ਮਿੰਟ ਜ਼ਰੂਰ ਆਪਣੇ ਮਤ ਬਾਰੇ ਦੱਸਣ ਦਾ ਯਤਨ ਕਰੇ। ਪੁਰਖ ਆਦਮੀ ਆਪਣੇ ਸਰਕਲ ਦੇ ਸਿੱਖ ਗੈਰ ਸਿੱਖ ਲੋਕਾਂ ਨੂੰ ਕੁਝ ਨਾ ਕੁਝ ਕੁਝ ਨਾ ਕੁਝ ਆਪਣੇ ਮਤ ਦੇ ਇਤਿਹਾਸ ਫਿਲੋਸਫੀ ਬਾਰੇ ਦੱਸਣ ਦਾ ਯਤਨ ਕਰੇ। ਅਸੀਂ ਥੋੜ੍ਹਾ ਥੋੜ੍ਹਾ ਹਰ ਬੰਦਾ ਰੋਜ਼ ਇਹ ਧਾਰ ਲਏ ਕਿ ਮੈਂ 15 ਮਿੰਟ ਆਪਣੇ ਮਤ ਦੀ ਜਾਣਕਾਰੀ ਜਿਹੜੀ ਹੈ ਆਪਣੇ ਸਰਕਲ ਦੇ ਲੋਕਾਂ ਨੂੰ ਦੇਣੀ ਹੈ, ਪ੍ਰਚਾਰ ਪ੍ਰਸਾਰ ਬਹੁਤ ਵੱਡੀ ਪੱਧਰ ਦੇ ਉੱਤੇ ਸਾਡਾ ਫੈਲ ਜਾਏਗਾ। ਪਰ ਸਹੀ ਜਾਣਕਾਰੀ, ਸਹੀ ਜਾਣਕਾਰੀ ਅਤੇ ਸਹੀ ਜਾਣਕਾਰੀ ਜਿਹੜੀ ਹੈ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਨਾ ਅਤੇ ਗੁਰਬਾਣੀ ਦੇ ਸਿਧਾਂਤਾਂ ਦੇ ਬੇਸਡ ਜਿਹੜਾ ਸਿੱਖ ਇਤਿਹਾਸ ਹੈ ਸਾਡਾ ਉਹਨੂੰ ਅਸੀਂ ਸਮਝਣਾ। ਅਤੇ ਜੇ ਕਿਤੇ ਸਾਨੂੰ ਕਨਫਿਊਜ਼ਨ ਲੱਗਦਾ ਤਾਂ ਫਿਰ ਅਸੀਂ ਜਿਹੜਾ ਸਾਡੇ ਗਿਆਨੀ ਵਿਦਵਾਨ ਹੈ ਉਹਨਾਂ ਦੇ ਨਾਲ ਬੈਠ ਕੇ ਉਸਨੂੰ ਕਲੀਅਰ ਕਰਨਾ ਕਿ ਦੱਸੋ ਅਸਲੀਅਤ ਕੀ ਹੈ। ਫਿਰ ਜਦੋਂ ਸਾਨੂੰ ਹੋ ਜਾਏ ਕਿ ਬਿਲਕੁਲ ਇਹ ਠੀਕ ਹੈ, ਫਿਰ ਅਸੀਂ ਉਹਦੀ ਜਾਣਕਾਰੀ ਜਿਹੜੀ ਹੈ ਉਹ ਹੋਰਨਾਂ ਨੂੰ ਦੇਣੀ। ਗਲਤ ਜਾਣਕਾਰੀ ਨਹੀਂ ਦੇਣੀ, ਗਲਤ ਜਾਣਕਾਰੀ ਦੇਣ ਦੇ ਨਾਲੋਂ ਜਾਣਕਾਰੀ ਨਾ ਦੇਣਾ ਬਿਹਤਰ ਹੈ, ਪਰ ਗਲਤ ਜਾਣਕਾਰੀ ਨਹੀਂ ਦੇਣੀ। ਸਹੀ ਜਾਣਕਾਰੀ ਆਪ ਹਾਸਲ ਕਰਨੀ, ਸਹੀ ਗਿਆਨ ਹਾਸਲ ਕਰਨਾ, ਉਹ ਵੰਡਣਾ। ਦੇਖੋ ਅੱਜ ਵਕਤ ਆ ਗਿਆ ਹੈ ਕਿ ਜਿਵੇਂ ਅਸੀਂ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਵੰਡਦੇ ਹਾਂ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦਾ ਗਿਆਨ ਸਮਝ ਵੰਡਣ ਦੀ ਬਹੁਤ ਵੱਡੀ ਲੋੜ ਹੈ। ਅਸੀਂ ਕਹਿੰਦੇ ਗੈਰ ਸਿੱਖਾਂ ਨੂੰ ਭੋਜਨ ਛਕਾ ਰਹੇ ਹਾਂ, ਜਿੱਥੇ ਹੜ੍ਹ ਆਉਂਦੇ ਆ, ਭੁਚਾਲ ਆਉਂਦੇ ਆ, ਗੈਰ ਸਿੱਖਾਂ ਨੂੰ ਅਸੀਂ ਜਾ ਕੇ ਭੋਜਨ ਵੰਡ ਰਹੇ ਹਾਂ, ਲੰਗਰ ਵੰਡ ਰਹੇ ਹਾਂ। ਬਹੁਤ ਵਧੀਆ ਗੱਲ ਹੈ, ਮਾੜੀ ਗੱਲ ਨਹੀਂ ਹੈ, ਬਹੁਤ ਵਧੀਆ ਗੱਲ ਹੈ। ਪਰ ਅੱਜ ਅਸੀਂ ਗੈਰ ਸਿੱਖ, ਗੈਰ ਜਿਹੜੇ ਸਾਡੇ ਲੋਕ ਨੇ ਸਿੱਖ, ਉਹਨਾਂ ਨੂੰ ਅਸੀਂ ਗੁਰਮਤਿ ਵਿਚਾਰਧਾਰਾ ਦਾ ਗਿਆਨ ਸਮਝ ਵੀ ਜਿਹੜਾ ਵੰਡਣ ਦੇ ਲਈ ਅੱਗੇ ਆਈਏ, ਸੰਸਥਾਵਾਂ ਜਿਹੜੀਆਂ ਉਹ ਅੱਗੇ ਆਉਣ, ਫਿਰ ਸਾਡਾ ਦੁਨੀਆਂ ਦੇ ਵਿੱਚ ਜਿਹੜਾ ਹੈ ਕੋਈ ਸਾਨੂੰ ਢਾਹ ਨਹੀਂ ਲਾ ਸਕੇਗਾ, ਸਾਡੀਆਂ ਬਾਹਾਂ ਦੀ ਤਾਕਤ ਜਿਹੜੀ ਹੈ ਬਹੁਤ ਵਧੇਗੀ। ਅੰਤ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ, ਅੰਤ ਦੇ ਵਿੱਚ ਮੈਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ, ਜਿਹੜੇ 5-6 ਦਿਨਾਂ ਤੋਂ ਲਗਾਤਾਰ ਮੇਰੇ ਨਾਲ ਵਿੱਚ ਰਹੇ, ਸਮੁੱਚੀ ਕਮੇਟੀ, ਮੈਂ ਬਹੁਤ ਧੰਨਵਾਦ ਕਰਦਾ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ, ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਬਹੁਤ ਸਾਰੀ ਸਿੱਖ ਸੰਗਤ ਜਿਨ੍ਹਾਂ ਨੂੰ ਮਿਲਣ ਦਾ ਮਨ ਸੀ, ਪਰ ਸਮੇਂ ਦੀ ਬਹੁਤ ਵੱਡੀ ਘਾਟ ਕਾਰਨ ਮੈਂ ਮਿਲ ਨਹੀਂ ਸਕਿਆ।
ਬਹੁਤ ਕੁਝ ਤੁਹਾਡੇ ਤੋਂ ਸਿੱਖਿਆ, ਬਹੁਤ ਕੁਝ ਤੁਹਾਡੇ ਨਾਲ ਸਾਂਝਾ ਕੀਤਾ, ਬਹੁਤ ਕੁਝ ਤੁਹਾਡੇ ਤੋਂ ਜਾਣਿਆ। ਮੇਰੇ ਵੀ ਗਿਆਨ ਦੇ ਵਿੱਚ ਇਜ਼ਾਫਾ ਹੋਇਆ ਇਸ ਮੁਲਕ ਦੇ ਵਿੱਚ ਆਉਣ ਦੇ ਨਾਲ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ, ਔਰ ਜਿਨ੍ਹਾਂ ਗੁਰਦੁਆਰਾ ਕਮੇਟੀਆਂ ਜਾਂ ਸੰਸਥਾਵਾਂ ਤੱਕ ਮੈਂ ਜਾ ਨਹੀਂ ਸਕਿਆ, ਮਿਲ ਨਹੀਂ ਸਕਿਆ, ਮੈਂ ਉਹਨਾਂ ਨੂੰ ਆਪਣੀ ਅਤੇ ਉਹਨਾਂ ਦੀ ਗੱਲ ਸੁਣ ਨਹੀਂ ਸਕਿਆ, ਮੈਂ ਉਹਨਾਂ ਤੋਂ ਤਹਿ ਦਿਲੋਂ ਹੱਥ ਜੋੜ ਕੇ ਖਿਮਾ ਮੰਗਦਾ, ਮਾਫ਼ੀ ਮੰਗਦਾ। ਔਰ ਅੰਤ ਦੇ ਵਿੱਚ ਇੱਕ ਵਾਰੀ ਫਿਰ ਸੰਗਤ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਸਾਰੀ ਆਤਮਾ ਨੂੰ ਪਰਮਾਤਮਾ ਵੱਲੋਂ ਟੁੱਟ ਕੇ ਜੋ ਨੁਕਸ ਜੋ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ, ਅਤੇ ਗੁਰਸਿੱਖਾਂ ਵਾਲਾ ਜੀਵਨ ਬਾਣੀ ਦੇ ਅਨੁਸਾਰ ਜੀਣ ਦੀ ਪ੍ਰੇਰਨਾ ਦਿੱਤੀ ਹੈ। ਅਤੇ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਰਣਜੀਤ ਸਿੰਘ ਜੀ ਸਰਪੰਚ ਸਾਡੇ ਵਾਈਸ ਪ੍ਰਧਾਨ, ਉਹ ਧੰਨਵਾਦ ਕਰਨਗੇ ਸਭ ਦਾ ਅਤੇ ਸਿੰਘ ਸਾਹਿਬ ਜੀ ਦਾ। ਬੇਨਤੀ ਕਰਾਂਗਾ ਕਿਰਪਾ ਕਰਕੇ ਬੈਠੋ ਅਤੇ 2 ਮਿੰਟ ਉਹ ਲੈਣਗੇ, ਉਸ ਤੋਂ ਤੁਹਾਨੂੰ ਸਿੰਘ ਸਾਹਿਬ ਜੀ ਨੂੰ ਸਰੋਤ ਔਰ ਦਿੱਤਾ ਜਾਏਗਾ। ਸੂਰਾ ਸੋਹ ਪਹਿਚਾਨੀਐ ਜੋ ਲਰੇ ਦੀਨ ਕੇ ਹੇ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਪਹਿਲਾਂ ਤਾਂ ਮੈਂ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਦੀ ਸ਼ਹੀਦੀ ਦੇ ਨੰਗਿਆ ਸਤਸੰਗ ਜੀ ਜੈਸਾ ਦੇ ਅਕਾਲ ਤਖ਼ਤ ਦੀ ਗੱਲ ਕਰਦੇ ਹਾਂ, ਉਹਨਾਂ ਨੇ ਉਸ ਅਕਾਲ ਤਖ਼ਤ ਦਾ ਬਦਲਾ ਲਿਆ ਜੋ ਕਿ ਸਾਡਾ ਇਤਿਹਾਸ ਕਹਿੰਦਾ ਵੀ ਜਿਨ ਵੀ ਦਰਬਾਰ ਸਾਹਿਬ ਤੇ ਜਾਂ ਅਕਾਲ ਤਖ਼ਤ ਤੇ ਅਟੈਕ ਕੀਤਾ ਉਹਨੂੰ ਅਸੀਂ ਕਦੀ ਜਿੰਦਾ ਨਹੀਂ ਛੱਡਿਆ, ਚਾਹੇ ਉਹ ਇੰਦਰਾ ਗਾਂਧੀ ਹੋਵੇ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਚਾਹੇ ਉਹ ਮੱਸਾ ਰੰਗੜ ਹੋਵੇ। ਮੈਂ ਉਹਨਾਂ ਸ਼ਹੀਦਾਂ ਨੂੰ ਤੁਹਾਡੇ ਸੰਗਤ ਵੱਲੋਂ ਤੇ ਸਿੰਘ ਸਭਾ ਦੇ ਪ੍ਰਬੰਧ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਕਿਉਂਕਿ ਜਿਨ੍ਹਾਂ ਨੇ ਅਕਾਲ ਤਖ਼ਤ ਦਾ ਬਦਲਾ ਲਿਆ। ਪਰ ਸਾਨੂੰ ਅੱਜ ਇੰਨੇ ਟਾਈਮ ਤੋਂ ਬਾਅਦ ਉਹਨਾਂ ਉਸ ਅਕਾਲ ਤਖ਼ਤ ਦੀ ਮਹਾਨ ਸ਼ਕਤੀ ਜੋ ਕਿ ਕਦੀ ਅਕਾਲ ਤਖ਼ਤ ਤੋਂ ਫਰਮਾਨ ਆਉਂਦਾ ਸੀ, ਸਿੱਖ ਦਾ ਬੱਚਾ ਬੱਚਾ ਉਹਨੂੰ ਕਬੂਲ ਕਰਦਾ ਸੀ, ਪਰ ਸਾਡੇ ਵਿੱਚ ਜੋ ਵੀ ਤੁਹਾਨੂੰ ਪਤਾ ਸੀ ਆਈਡੀਆਂ ਹੁੰਦੀਆਂ ਜਾਂ ਸਰਕਾਰਾਂ ਹੁੰਦੀਆਂ ਉਹਨਾਂ ਦਾ ਜ਼ੋਰ ਲੱਗਦਾ ਕਿ ਜਿੱਥੇ ਸਿੱਖਾਂ ਦੀ ਸ਼ਕਤੀ ਆ ਉਹਨੂੰ ਕਿਸ ਤਰ੍ਹਾਂ ਤੋੜਿਆ ਜਾਵੇ। ਪਰ ਅੱਜ ਸਾਡੇ ਕਰਮ ਚੰਗੇ ਨੇ, ਸਾਨੂੰ ਇੱਕ ਨੌਜਵਾਨ ਜਥੇਦਾਰ ਮਿਲਿਆ ਜੋ ਪੜ੍ਹਿਆ ਲਿਖਿਆ ਤੇ ਵਿਦਵਾਨ ਵੀ ਆ, ਉਸ ਨਾਲ 5 ਦਿਨ 6 ਦਿਨ ਰਹਿਣ ਦਾ ਮੌਕਾ ਮਿਲਿਆ ਜਾਂ ਥਾਂ ਥਾਂ ਗਏ ਆ। ਪਰ ਅੱਜ ਇੰਗਲੈਂਡ ਵਿੱਚ ਜਿਹੜੀ ਲੋਕਾਂ ਵਿੱਚ ਸ਼ੱਕ ਦੁਬਦਾ ਸੀ ਤੇ ਸ਼ੰਕਾ ਸੀ ਉਹ ਨਿਕਲ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਕਾਲ ਤਖ਼ਤ ਦਾ ਜਥੇਦਾਰ ਇੱਕੋ ਹੀ ਆ, 2 ਕਦੀ ਅਕਾਲ ਤਖ਼ਤ ਦੇ ਜਥੇਦਾਰ ਨਹੀਂ ਹੋ ਸਕਦੇ। ਇਹ ਸਤਸੰਗਤ ਜੀ ਇਸ ਜਥੇਦਾਰ ਨੇ ਲੋਕਾਂ ਦੀ ਸ਼ੰਕਾ ਦੇ ਦੁੱਧਾਂ ਨੂੰ ਦੂਰ ਕੀਤਾ, ਹੁਣਾਂ ਹੀ ਉਹਨਾਂ ਨੇ ਗੱਲਾਂ ਕੀਤੀਆਂ ਜੋ ਸਾਡੇ ਨਾਲ ਇੱਕ ਅਮੀਰਾਂ ਦੀ ਤੇ ਗਰੀਬਾਂ ਦੀ
ਬਈ ਕਾਮਰੇਡ ਕਿਹੜੀ ਗੱਲ ਕਰਦੇ ਤੇ ਸਾਡਾ ਫਲਸਫੀ ਕਿਹੜੀ ਗੱਲ ਕਹਿੰਦਾ। ਕਈ ਮੇਰੇ ਵੀਰ ਭਾਈ ਲਾਲੋ ਨੂੰ ਕਹਿੰਦੇ ਉਹ ਗਰੀਬ ਸੀ, ਭਾਈ ਲਾਲੋ ਗਰੀਬ ਨਹੀਂ ਸੀ, ਉਹ ਹੱਕ ਦੀ ਰੋਟੀ ਖਾਂਦਾ ਸੀ। ਭਾਈ ਲਾਲੋ ਦੇ ਘਰ ਦੇ ਵਿੱਚ ਖੂਹੀ ਸੀ, ਮੈਂ ਬਹੁਤ ਵਾਰੀ ਸੁਣਦਾ ਰਹਿੰਦਾ ਬਈ ਕਹਿੰਦੇ ਵੀ ਭਾਈ ਲਾਲੋ ਗਰੀਬ ਸੀ, ਭਾਈ ਲਾਲੋ ਗਰੀਬ ਨਹੀਂ ਸੀ, ਉਹ ਹੱਕ ਦੀ ਰੋਟੀ ਖਾਂਦਾ ਸੀ, ਇਸ ਕਰਕੇ ਉਹਨੂੰ ਗਰੀਬ ਕਹਿ ਦਿੱਤਾ ਗਿਆ। ਗਰੀਬ ਨਹੀਂ ਸੀ, ਜਿਹਦੇ ਘਰ ਦੇ ਵਿੱਚ ਖੂਹੀ ਸੀ ਉਸ ਜਮਾਨੇ ਦੇ ਵਿੱਚ ਉਹ ਗਰੀਬ ਹੋ ਸਕਦਾ, ਉਹਦੇ ਕੋਲ 10 ਏਕੜ ਜ਼ਮੀਨ ਵੀ ਸੀ। ਪਰ ਮਰਕ ਭਾਗੋ ਨੂੰ ਕਿਉਂ ਕਿਹਾ ਗਿਆ? ਕਈ ਮੇਰੇ ਵੀਰ ਲੰਗਰਾਂ ਦੇ ਨਾਲ ਤੁਲਨਾ ਕਰ ਦਿੰਦੇ ਨੇ ਵੀ ਮਰਕ ਭਾਗੋ ਵਰਗੇ ਲੰਗਰ ਅੱਜ ਵੀ ਚੱਲਦੇ ਨੇ। ਮਰਕ ਭਾਗੋ ਦੀ ਹੱਕ ਦੀ ਕਮਾਈ ਨਹੀਂ ਸੀ। ਅੱਜ ਜੇ ਮੇਰੇ ਅਮੀਰ ਵੀਰਾਂ ਦੀ ਹੱਕ ਦੀ ਕਮਾਈ ਆ ਉਤੋਂ ਲੰਗਰ ਚੱਲਦੇ ਆ, ਉਹ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਮਲਕ ਭਾਗੋ ਦੇ ਲੰਗਰ ਚੱਲਦੇ ਆ, ਇਹ ਲੰਗਰ ਗੁਰੂ ਨਾਨਕ ਪਾਤਸ਼ਾਹ ਦੇ ਆ। ਚਲੋ ਮੈਂ ਹੁਣ ਵਧਣਾ ਜਾਵਾਂਗੇ, ਜਥੇਦਾਰ ਬਹੁਤ ਕੁਛ ਸੁਣਾ ਚੁੱਕੇ ਨੇ, ਮੈਂ ਉਹਨਾਂ ਸ਼ਹੀਦਾਂ ਨੂੰ ਫੇਰ ਉਹਨਾਂ ਨੂੰ ਫੁੱਲ ਅਰਪਣ ਕਰਦਾ, ਭੇਟ ਕਰਦਾ ਕਿ ਉਹਨਾਂ ਦੀ ਸ਼ਹੀਦੀ ਸਦਾ ਹੀ ਯਾਦ ਰੱਖੀ ਜਾਏਗੀ। ਤੇ ਜਥੇਦਾਰ ਸਾਹਿਬ ਨੂੰ ਸਾਡੇ ਪ੍ਰਧਾਨ ਸਾਹਿਬ ਨੇ ਜੀ ਆਇਆਂ ਕਹਿ ਦਿੱਤਾ, ਜੋ ਇੰਗਲੈਂਡ ਵਿੱਚ, ਸਾਰੀ ਇੰਗਲੈਂਡ ਵਿੱਚ ਜੋ ਜਥੇਦਾਰ ਨੂੰ ਮਾਣ ਮਿਲਿਆ, ਮੈਂ ਕਹਿੰਦਾ ਅੱਜ ਤੈਂ 35-40 ਸਾਲ ਤੋਂ ਕਦੀ ਨਹੀਂ ਮਿਲਿਆ, ਤੇ ਮਿਲਣਾ ਵੀ ਚਾਹੀਦਾ। ਸਿੱਖਾਂ ਨੂੰ ਅਕਾਲ ਤਖ਼ਤ ਨਾਲ ਜਿੰਨਾ ਚਿਰ ਇੱਕ ਪਰਿਵਾਰ ਨਹੀਂ ਚੱਲਦਾ, ਜਿੰਨਾ ਚਿਰ ਇੱਕ ਨਾਲ ਘਰ ਦੇ ਵਿੱਚ ਇੱਕ ਚੌਧਰੀ ਨਾ ਹੋਵੇ, ਇੱਕ ਪ੍ਰਬੰਧ ਦਾ ਇੱਕ ਪ੍ਰਧਾਨ ਨਾ ਹੋਵੇ, ਉਹਨਾਂ ਚਿਰ ਨਹੀਂ ਚੱਲਦਾ। ਮੈਂ ਕਹਿੰਦਾ ਇਹ ਮਾਣ ਮਿਲਣਾ ਚਾਹੀਦਾ ਕਿ ਕੌਮ ਤਾਂ ਹੀ ਬੁਲੰਦੀਆਂ ਨੂੰ ਜਾਊਗੀ। ਆਪਾਂ ਸਾਰੀਆਂ ਗੱਲਾਂ ਛੱਡ ਕੇ ਉਸ ਗੁਰਬਾਣੀ ਦੀ ਗੱਲ ਕਰੀਏ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੋੜਦੇ ਆ। ਅੱਜ ਆਪਾਂ ਸਾਰੀਆਂ ਗੱਲਾਂ ਪੜ੍ਹਾ ਕੇ ਗੁਰੂ ਨੂੰ ਸਮਰਪਿਤ ਹੋ ਜਾਈਏ ਤੇ ਗੁਰੂ ਦੇ ਨਾਲ ਕਰੇ ਕਰੀਏ ਕੋਈ ਗੱਲਬਾਤ, ਆਪਾਂ ਕੌਮ ਚੜ੍ਹਦੀ ਕਲਾ ਵਿੱਚ ਜਾਊਗੀ। ਭਰਾਵਾਂ ਦੀਆਂ ਗੱਲਾਂ ਮਾੜੀਆਂ ਮੋਟੀਆਂ ਆਉਂਦੀਆਂ ਰਹਿੰਦੀਆਂ, ਪਰ ਆਪਾਂ ਗੁਰੂ ਨੂੰ ਸਮਰਪਿਤ ਹੋਈਏ। ਸਤਿ ਸੰਗਤ ਜੀ, ਇਸ ਜਥੇਦਾਰ ਸਾਹਿਬ ਨੇ ਕਿਸੇ ਨਾਲ ਘਿਰਨਾ ਨਹੀਂ ਕੀਤੀ, ਹਰ ਜਥੇਬੰਦੀ ਨੂੰ, ਹਰ ਜੋ ਵੀ ਸਾਡੀਆਂ ਸੰਪਰਦਾਵਾਂ ਸੀ, ਜੋ ਵੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਏ ਹਾਂ, ਕੋਈ ਮਨ ਦੇ ਵਿੱਚ ਈਰਖਾ ਵੀ ਰੱਖੀ ਕੋਈ ਗੱਲ ਨਹੀਂ, ਪਰੀਆਂ ਨੇ ਜਥੇਦਾਰ ਵਾਲੀ ਗੱਲ ਕੀਤੀ ਆ। ਮੈਂ ਅੱਜ ਜਿੰਨੀਆਂ ਸੰਸਥਾਵਾਂ ਆਈਆਂ, ਜਿੰਨੇ ਪ੍ਰਬੰਧ ਆਏ, ਜਿੰਨੇ ਜਥੇਬੰਦੀਆਂ ਆਈਆਂ, ਸਾਡੇ ਪ੍ਰਬੰਧ ਵੱਲੋਂ ਸਾਡੇ ਸਮੇਂ ਤੇ ਕਿਹਾ ਸੀ ਸਰਦਾਰ ਸਾਹਿਬ ਬੋਲਣਗੇ, ਪਰ ਮੈਂ ਮੇਰੀ ਡਿਊਟੀ ਲਾ ਦਿੱਤੀ ਕਿਉਂਕਿ ਉਹ ਮੈਨੂੰ ਉਮਰ ਤੋਂ ਵੱਡੇ ਹਨ, ਭਾਵੇਂ ਅਸੀਂ ਵਾਈਸ ਪ੍ਰੈਜ਼ੀਡੈਂਟ ਹਨ ਪਰ ਮੈਨੂੰ ਉਮਰ ਤੋਂ ਵੱਡੇ ਹਨ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿਉਂਕਿ ਵੱਡੇ ਦਾ ਹੀ ਮਾਣ ਕਰਨਾ ਚਾਹੀਦਾ, ਉਹਨਾਂ ਨੇ ਮੇਰੀ ਡਿਊਟੀ ਲਾ ਦਿੱਤੀ। ਚਲੋ ਮੈਂ ਤੁਹਾਨੂੰ ਸਾਰਿਆਂ ਨੂੰ, ਜਿੰਨੇ ਵੀ ਤੁਸੀਂ ਸਾਡੀਆਂ ਆਏ ਪ੍ਰਬੰਧ ਆਏ ਹੋ, ਅੱਜ ਇਹ ਗੱਲ ਆਪਾਂ ਨੂੰ ਕਰਨੀ ਪੈਣੀ ਆ ਕਿ ਆਪਾਂ ਨੂੰ ਰਲ ਕੇ ਚੱਲਣਾ ਪੈਣਾ, ਨਾ ਕੋਈ ਸਾਡੀ ਅੱਜ ਜਿੰਨਾ ਚਿਰ ਅਸੀਂ ਜਾਤ ਪਾਤ ਨਾ ਕੱਢੀ ਉਹਨਾਂ ਚਿਰ ਅਸੀਂ ਸਰਕਾਰਾਂ ਸਾਨੂੰ ਮਾਰ ਲਈਆਂ। ਸਾਡੇ ਵਿੱਚ ਕਲਗੀ ਧਰ ਪਾਤਸ਼ਾਹ ਨੇ ਕੋਈ ਜਾਤ ਪਾਤ ਨਹੀਂ ਛੱਡੀ, ਆਪਾਂ ਇਸ ਜਾਤ ਪਾਤ ਨੂੰ ਉੱਪਰ ਉੱਠ ਕੇ, ਸਾਰੀਆਂ ਸੰਪਰਦਾਵਾਂ ਤੋਂ ਉੱਪਰ ਉੱਠ ਕੇ ਆਪਾਂ ਕੌਮ ਨੂੰ ਕੀ ਸੇਧ ਦੇਣੀ ਆ। ਮੈਂ ਫਿਰ ਸਾਰੇ ਆਇਆਂ ਨੂੰ, ਜੇ ਮੈਂ ਇੱਕ ਇੱਕ ਦਾ ਨਾਂ ਲੈਣ ਲੱਗਾ ਫਿਰ ਅਗਲਾ ਮੇਰਾ ਨਹੀਂ ਲਿਆ, ਮੈਂ ਸਾਰੀਆਂ ਜਿੰਨੀਆਂ ਪ੍ਰਬੰਧ ਆਏ ਆ ਇੱਥੋਂ ਉਹ ਸਾਰਿਆਂ ਦਾ ਧੰਨਵਾਦ ਆ ਸਿੰਘ ਸਭਾ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀ, ਇਹ ਸਨ ਸਾਡੇ ਵਾਈਸ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਸਰਪੰਚ, ਜਿਹਨਾਂ ਨੂੰ ਸ਼ੌਕ ਵੀ ਆ ਤੇ ਤਜਰਬਾ ਵੀ ਆ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਦਾ। ਉਹਨਾਂ ਨੇ ਪਿਛਲੇ ਦਿਨੀ ਸਾਰੀ ਇੰਗਲੈਂਡ ਵਿੱਚ
ਸਾਡੇ ਪ੍ਰਧਾਨ ਸਾਹਿਬ ਦੇ ਨਾਲ ਇਹ ਸੇਵਾਵਾਂ ਨਿਭਾਈਆਂ। ਵਾਹਿਗੁਰੂ ਕਿਰਪਾ ਕਰਨ ਤੇ ਜਿਵੇਂ ਉਹਨਾਂ ਦੱਸਿਆ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਤੱਕ, ਮੇਰੀ ਪੀਰ ਦੇ ਸਰਾਂ ਅਜੇ ਸ੍ਰੀ ਅਕਾਲ ਤਖਤ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਬੁਲੰਦ ਰੱਖਣ ਵਾਸਤੇ ਲੱਖਾਂ ਸ਼ਹੀਦੀਆਂ ਦਿੱਤੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨ ਸਿੰਘ ਸਾਹਿਬ ਜੀ ਨੂੰ ਇਸੇ ਤਰ੍ਹਾਂ ਸਾਰਿਆਂ ਨਾਲ ਮਿਲ ਕੇ ਪਿਆਰ ਨਾਲ ਸੇਵਾ ਕਰਨ ਦਾ ਬਲ ਨੂੰ ਬਖਸ਼ਣ। ਤੇ ਸਾਧ ਸੰਗਤ ਅੱਜ ਜੋ ਸਮਾਂ ਜਾ ਰਿਹਾ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਸਾਨੂੰ ਬਹੁਤ ਵੱਡੀ ਏਕਤਾ ਦੀ, ਯੂਨਿਟੀ ਦੀ, ਪਿਆਰ ਦੀ ਲੋੜ ਹੈ। ਤੇ ਉਹ ਇੱਕੋ ਇੱਕ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਅਸੀਂ ਅੱਜ ਦੇ ਜ਼ਮਾਨੇ ਵਿੱਚ ਅੱਜ ਦੇ ਮੌਕੇ ਤੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਿੰਘ ਸਾਹਿਬ ਦੇ ਨਾਲ ਇਕੱਠੇ ਹੋ ਸਕਦੇ ਹਾਂ। ਸੋ ਹੁਣ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਅੱਗੇ ਆਉਣ ਤੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਜੀ ਮੱਲੀ, ਸਾਡੇ ਵਾਈਸ ਪ੍ਰਧਾਨ ਸਰਪੰਚ ਸਾਹਿਬ ਸਾਮਰਾ ਸਾਹਿਬ, ਜਨਰਲ ਸਕੱਤਰ ਰਮੀਤ ਸਿੰਘ ਜੀ ਗਿੱਲ ਔਰ ਸਾਡੇ ਹੈਡ ਡਿਪਟੀ ਭਾਈ ਵਰੀਕ ਸਿੰਘ ਜੀ, ਗੁਰੂ ਕੀ ਜੋ ਬਖਸ਼ਿਸ਼ ਸੋਭਾ ਹੈ ਉਹ ਉਹਨਾਂ ਨੂੰ ਦਿੱਤਾ ਜਾਵੇਗਾ। ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕੋਈ, ਕਿਉਂਕਿ ਹੋਰ ਬਹੁਤ ਗੁਰਦੁਆਰੇ ਜਿੱਥੇ ਬਣੀਆਂ ਹੋਈਆਂ ਨੇ, ਮੈਂ ਕਿਸੇ ਦਾ ਨਾਂ ਲਵਾਂ ਤੇ ਕਿਹਦਾ ਨਾਂ ਲਵਾਂ, ਜੇ ਕੋਈ ਹੁਣੇ ਤੋਂ ਖੁਸ਼ੀ ਨਾਲ ਪਿਆਰ ਨਾਲ ਜੀਆ ਨੂੰ ਆ ਸਕਦੇ ਨਾਲ, ਕਿਉਂਕਿ ਕਿਸੇ ਦਾ ਨਾਂ ਰਹਿ ਗਿਆ ਤੇ ਇਤਰਾਜ ਹੋਏਗਾ। ਜਿਹੜੇ ਵੀ ਸੱਜਣ ਸ਼ਾਮਲ ਹੋਣਾ ਚਾਹੁੰਦੇ ਆ ਉਹ ਕਿਰਪਾ ਕਰਕੇ ਅੱਗੇ ਆਉਣ। ਤੇ ਇਸੇ ਤਰ੍ਹਾਂ ਬੇਨਤੀ ਹੈ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਉਹ ਵੀ ਸ਼ਾਮਲ ਹੋਣ, ਜਿਹਨਾਂ ਨੇ ਪਿਛਲੇ 3-4 ਹਫ਼ਤੇ ਲਗਾਤਾਰ ਥੋੜੇ ਪਿੱਛੇ ਥੋੜੇ ਅੱਗੇ ਆ ਜਾਓ। ਬੋਲੇ ਸੋਨਿਹਾਲ ਬੋਲੇ ਸੋਨਿਹਾਲ ਹਾਂਜੀ ਬੋਲੇ ਸੋਨਿਹਾਲ।